ਸਾਵਾਂ ਦਾ ਕੋਈ ਭਾਰ ਨਹੀਂ ਹੁੰਦਾ ਤੇ ਮਾੜੇ ਦਾ ਕੋਈ ਯਾਰ ਨਹੀਂ ਹੁੰਦਾ। ਸਾਵਾਂ ਦਾ ਕੋਈ ਭਾਰ ਨਹੀਂ ਹੁੰਦਾ, ਮਾੜੇ ਦਾ ਕੋਈ ਯਾਰ ਨਹੀਂ ਹੁੰਦਾ। ਵੇਖਣ ਵਾਲੀ ਅੱਖ ਅੱਖ ਦੀ ਗੱਲ ਏ, ਵੇਖਣ ਵਾਲੀ ਅੱਖ ਦੀ ਗੱਲ ਏ। ਹੁਸਨ ਕੋਈ ਹਥਿਆਰ ਨਹੀਂ ਹੁੰਦਾ, ਤੂੰ ਕਰਦਾ ਏ ਵੱਖਰੀ ਗੱਲ ਏ, ਤੂੰ ਕਰਦਾ ਏ ਵੱਖਰੀ ਗੱਲ ਏ। ਉਂਝ ਪਿਆਰ ਦੇ ਵਿੱਚ ਵਪਾਰ ਨਹੀਂ ਹੁੰਦਾ, ਰੱਬ ਦੇ ਅੱਗੇ ਜ਼ੋਰ ਨਹੀਂ ਚੱਲਦਾ। ਚਾਹ ਕੇ ਕੋਈ ਖੁਆਰ ਨਹੀਂ ਹੁੰਦਾ, ਕਰ ਜਾਈਂ ਕੁਝ ਜਗ 'ਤੇ ਅੰਬਰ, ਜੰਮਣਾ ਬਾਰੋ ਬਾਰ ਨਹੀਂ ਹੁੰਦਾ, ਜੰਮਣਾ ਬਾਰੋ ਬਾਰ ਨਹੀਂ ਹੁੰਦਾ। ਇਹ ਲਾਈਨਾਂ ਨੇ ਜੀ ਕਰਨਵੀਰ ਸਿੰਘ ਅੰਬਰ, ਲਾਈਨਾਂ ਬਹੁਤ ਵਧੀਆ ਨੇ ਵਾਕਿਆ ਹੀ। ਆਹ ਗੱਲ ਕਰੀਏ, ਮਾੜੇ ਦਾ ਕੋਈ ਯਾਰ ਨਹੀਂ ਹੁੰਦਾ, ਸੱਚੀਆਂ ਗੱਲਾਂ ਨੇ। ਸਾਹਾਂ ਦਾ ਕੋਈ ਭਾਰ ਨਹੀਂ ਹੁੰਦਾ, ਸਾਹ ਨਿਕਲ ਜਾਂਦੇ ਨੇ ਅਤੇ ਸਰੀਰ ਦਾ ਭਾਰ ਉਨਾ ਹੀ ਰਹਿੰਦਾ, ਬੜੀ ਵਧੀਆ ਗੱਲ ਹੈ। ਅਤੇ ਵੇਖਣ ਵਾਲੀ ਗੱਲ ਏ, ਵੇਖਣ ਵਾਲੀ ਅੱਖ ਦੀ ਗੱਲ ਏ। ਹੁਸਨ ਕੋਈ ਹਥਿਆਰ ਨਹੀਂ ਹੁੰਦਾ। ਆਮ ਤੌਰ 'ਤੇ ਗਾਣਿਆਂ ਦੇ ਵਿੱਚ ਵੀ ਆਪਾਂ ਕਹਿੰਦੇ, ਤੇਰੀਆਂ ਨਜ਼ਰਾਂ ਤੇਜ਼ ਕਟਾਰ, ਆਹ ਕਰ ਗਈਆਂ ਤਾਂ ਉਹ ਕਰ ਗਈਆਂ, ਅਤੇ ਹਥਿਆਰ ਵਾਂਗੂ ਗੋਲੀ ਚੱਲ ਗਈ ਅੱਖਾਂ 'ਚ, ਫਲਾਨਾ ਧਿਮਕੜਾ। ਵਾਕਿਆ ਬਹੁਤ ਵਧੀਆ ਲਾਈਨਾਂ ਜੀ। ਇਹਨਾਂ ਲਾਈਨਾਂ ਨਾਲ ਮੈਂ ਹਾਜ਼ਰਾਂ ਜਗਤਾਰ ਸਿੰਘ ਜੱਗੀ, ਸਭ ਤੋਂ ਪਹਿਲਾਂ ਜਸ ਪੰਜਾਬੀ ਦੇਖਣ ਵਾਲੇ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਹਮੇਸ਼ਾ ਦੀ ਤਰ੍ਹਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ, ਹੈਲੋ ਹੈ ਅਤੇ ਨਾਲ ਦੀ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ। ਲਾਈਵ ਸ਼ੋਅ ਲੈ ਕੇ ਹਾਜ਼ਰ ਹਾਂ ਜੀ। ਅਤੇ ਅੱਜ ਗੱਲ ਜਿਹੜੀ ਅਸੀਂ ਕਰਾਂਗੇ ਜ਼ਰੂਰੀ, ਅੱਜ ਇੱਕ ਪ੍ਰੋਟੈਸਟ ਸੀ ਜਿਹੜਾ ਬਹੁਤ ਵੱਡਾ, ਕੱਲ੍ਹ ਉੱਤੇ ਵੀ ਜ਼ਿਕਰ ਕੀਤਾ ਸੀਗਾ, ਬਹੁਤ ਚਿੰਤਾ ਦਾ ਵਿਸ਼ਾ ਕਹਿੰਦੇ ਬਣਿਆ ਹੋਇਆ। ਅੱਜ ਅਸੀਂ ਉਸ ਪ੍ਰੋਟੈਸਟ 'ਤੇ ਗਏ ਸੀਗੇ ਜਿੱਥੇ ਬਹੁਤ ਇਕੱਠ ਸੀਗਾ, ਬਹੁਤ ਇਕੱਠ ਸੀ, ਉਹਦੀ ਵੀ ਗੱਲਬਾਤ ਕਰਾਂਗੇ। ਅਤੇ ਕੈਲੀਫੋਰਨੀਆ ਵਿੱਚ ਆਪਾਂ ਬਾਅਦ ਦੇ ਵਿੱਚ ਆਉਂਦੇ ਹਾਂ, ਅਤੇ ਪਹਿਲਾਂ ਚੱਲਦੇ ਹਾਂ ਪੰਜਾਬ 'ਤੇ ਜਾਂ ਫਿਰ ਭਾਰਤ ਦੇ ਵਿੱਚ। ਪੰਜਾਬ ਦੀ ਗੱਲ ਕਰੀਏ ਤਾਂ ਹੜ੍ਹ ਹਜੇ ਆ ਕੇ ਅਤੇ ਪਾਸਾ ਹੀ ਲਿਆ ਸੀ ਥੋੜ੍ਹਾ ਜਿਹਾ ਵਾਪਸ ਮੋੜਨ ਵਾਸਤੇ, ਠੀਕ ਹੈ। ਸਰਕਾਰ ਨੇ ਚੈੱਕ ਵੀ ਦੇਣੇ ਸ਼ੁਰੂ ਕਰਤੇ, ਅਤੇ ਹੜ੍ਹ ਕਹਿੰਦੇ ਵੀ ਭਾਈ ਸਰਕਾਰ ਜੀ ਰੁਕ ਜਾਓ ਹਜੇ, ਮੈਂ ਹਜੇ ਦੁਬਾਰਾ ਵੀ ਆਉਣਾ ਹੈ, ਇਕੱਠਾ ਹੀ ਦੇ ਦਿਓ ਫਿਰ ਚੈੱਕ। ਹੜ੍ਹਾਂ ਦੀ ਸਥਿਤੀ ਦੁਬਾਰਾ ਫਿਰ ਪੰਜਾਬ ਦੇ ਵਿੱਚ ਬਣੀ ਹੋਈ ਹੈ, ਕਿਉਂਕਿ ਜਿਹੜੇ ਇਹਦੇ ਗੇਟ ਨੇ ਉਹ ਖੁੱਲ੍ਹੇ ਨੇ, ਪੰਜ ਪੰਜ ਫੁੱਟ, ਚਾਰ ਪੰਜ ਪੰਜ ਦਿਨ ਖੁੱਲ੍ਹੇ ਰਹਿਣੇ ਆ। ਉਹਦੇ ਵਾਸਤੇ ਸਰਕਾਰ ਤਾਂ ਆਪਾਂ ਦਾਅਵਾ ਕਰ ਰਹੀ ਹੈ ਕਿ ਅਸੀਂ ਸਾਰੇ ਪ੍ਰਬੰਧ ਕੀਤੇ ਹੋਏ ਆ, ਕੋਈ ਖਤਰਾ ਨਹੀਂ ਹੈ, ਸਾਰੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾ ਰਹੇ ਹਾਂ। ਅਤੇ ਦੂਜੇ ਪਾਸੇ ਵਿਰੋਧੀ ਪਾਰਟੀ, ਫਿਰ ਆਪਾਂ ਜਿਹੜਾ ਰਾਜਨੀਤੀ ਹੈ, ਹੜ੍ਹ ਬਾਅਦ ਦੇ ਵਿੱਚ ਆਏ ਨੇ ਦੁਬਾਰਾ, ਰਾਜਨੀਤੀ ਉਹਨਾਂ 'ਤੇ ਪਹਿਲਾਂ ਹਾਵੀ ਹੋ ਗਈ ਬਹੁਤ ਵੱਡੇ ਪੱਧਰ 'ਤੇ, ਪੰਜਾਬ ਦੇ ਵਿੱਚ ਇਹ ਨਹੀਂ ਹੋਇਆ, ਉਹ ਨਹੀਂ ਹੋਇਆ ਤਾਂ ਫਲਾਨਾ ਅਤੇ ਧਿਮਕੜਾ। ਪਰ ਆਮ ਲੋਕਾਂ ਦੀ ਗੱਲ ਸੁਣਨੀ ਚਾਹੀਦੀ ਹੈ, ਆਮ ਲੋਕਾਂ ਦਾ ਧਿਆਨ ਰੱਖਣਾ ਚਾਹੀਦਾ। ਬਹੁਤ ਸਾਰੀਆਂ ਸੰਸਥਾਵਾਂ ਨੇ, ਬਹੁਤ ਸਾਰੇ ਲੋਕਾਂ ਨੇ ਆਪਣੇ ਤੌਰ 'ਤੇ, ਸ਼੍ਰੋਮਣੀ ਕਮੇਟੀ ਨੇ, ਸਰਕਾਰ ਨੇ ਪੂਰੀ ਪਿਛਲੇ ਵਾਲੇ 'ਚ ਪੂਰਾ ਮਤਲਬ ਵਾਹ ਲਾਤੀ ਸੀਗੀ, ਅਤੇ ਕਾਫੀ ਹਾਲਾਤ ਸਖਾਵੇਂ ਹੋ ਗਏ ਸੀਗੇ। ਦੁਬਾਰਾ ਫਿਰ ਹੁਣ ਪਰਮਾਤਮਾ ਭਲੀ ਕਰੇ। ਅਤੇ ਚਲੋ ਦਿੱਲੀ ਮਾਰ ਆਈਏ ਗੇੜਾ ਜੀ। ਫਿਰ ਮੋਦੀ ਸਾਹਿਬ ਦਾ ਭਾਸ਼ਣ ਸੁਣਿਆ ਹੋਣਾ ਸਾਰਿਆਂ ਨੇ, ਕਈਆਂ ਨੇ ਤਾਂ ਟ੍ਰੋਲ ਕਰ ਕਰਕੇ ਪਰ ਕੱਟ ਵੱਢ ਕਰਕੇ ਪਾਇਆ, ਕੁਛ ਫਾਸਟ ਕਰਕੇ ਪਾਇਆ, ਅਤੇ ਉਹ ਕੁਛ ਦਾ ਕੁਛ ਹੀ ਬਣੀ ਜਾਂਦਾ, ਉਹਦੀ ਸੈਂਸ ਹੀ ਚੇਂਜ ਹੋਈ ਜਾਂਦੀ ਹੈ। ਅਤੇ ਬਾਕੀ ਉਹਨਾਂ ਨੇ ਇਸ ਭਾਸ਼ਣ ਦੇ ਵਿੱਚ 28 ਜਿਹੜੇ ਐਲਾਨ ਕੀਤੇ ਨੇ, ਕਹਿੰਦੇ 28 ਐਲਾਨ 90 ਮਿੰਟ ਦੇ ਭਾਸ਼ਣ ਦੇ ਵਿੱਚ, 10 ਸਾਲ ਦੇ ਆਪਦੇ ਕਾਰਜਕਾਲ ਗਿਣਾਏ ਨੇ। ਕਹਿਣ ਵਾਲੇ ਸਿਆਣੇ ਇਹ ਕਹਿੰਦੇ ਆ ਵੀ ਅੱਗੇ ਪਹਿਲਾਂ ਜਦੋਂ ਵੀ ਅਸੀਂ 15 ਅਗਸਤ ਨੂੰ ਦੇਖਦੇ ਹੁੰਦੇ ਸੀ ਤਾਂ ਲਾਲ ਕਿਲੇ ਤੋਂ ਪ੍ਰਧਾਨ ਮੰਤਰੀ ਦੀ ਸਪੀਚ ਹੁੰਦੀ ਸੀ, ਪ੍ਰਧਾਨ ਮੰਤਰੀ ਦਾ ਭਾਸ਼ਣ ਹੁੰਦਾ ਸੀ। ਇਸ ਵਾਰ ਪ੍ਰਧਾਨ ਮੰਤਰੀ ਦਾ ਭਾਸ਼ਣ ਘੱਟ ਅਤੇ ਬੀਜੇਪੀ ਪ੍ਰਧਾਨ ਦਾ ਭਾਸ਼ਣ ਜ਼ਿਆਦਾ ਲੱਗਿਆ, ਭਾਰਤ ਦੇ ਪ੍ਰਧਾਨ ਮੰਤਰੀ ਦਾ ਘੱਟ ਲੱਗਿਆ, ਕਿਉਂਕਿ ਮੋਦੀ ਸਾਹਿਬ ਨੇ ਆਪਣੇ ਗਿਣਾਏ ਤਾਂ ਸਿੱਧੇ ਲਫ਼ਜ਼ਾਂ ਦੇ ਵਿੱਚ ਇਹ ਕਿਹਾ ਕਿ ਵੋਟ ਮੈਨੂੰ ਪਾਇਓ ਅਤੇ ਅਗਲੀ ਵਾਰ ਵੀ ਮੈਂ ਹੀ ਝੰਡਾ ਲਹਿਰਾਊਂਗਾ। ਚਲੋ ਇਹ ਉਮੀਦ ਰੱਖਣੀ ਕੋਈ ਮਾੜੀ ਗੱਲ ਨਹੀਂ, ਬਾਕੀ ਸਮਾਂ ਦੱਸਦਾ। ਪਰ ਸਾਡੀ ਕੈਸਟ ਦੇ ਵਿੱਚ ਵੀ ਸੀਗੀ ਇੱਕ ਆਈਟਮ ਕਿ ਲਾਲ ਕਿਲੇ ਤੋਂ ਜਿਹੜਾ ਵੀ ਪ੍ਰਧਾਨ ਮੰਤਰੀ ਭਾਸ਼ਣ ਦਿੰਦਾ ਉਹ ਸਾਰਾ ਭਾਸ਼ਣ ਤੋਂ ਬਾਅਦ ਕਹਿੰਦਾ ਵੀ ਹਮ ਭਾਰਤ ਕੀ ਤਕਦੀਰ ਬਦਲ ਦੇਂਗੇ, ਹਮ ਭਾਰਤ ਕੀ ਤਕਦੀਰ ਬਦਲ ਦੇਂਗੇ, ਆਉਣ ਵਾਲੇ ਸਮੇਂ ਮੇਂ ਹਮਾਰਾ ਸਾਥ ਦੋ, ਹਮ ਭਾਰਤ ਕੀ ਤਕਦੀਰ ਬਦਲ ਦੇਂਗੇ। ਅਤੇ ਉਹ ਕਹਿੰਦੇ ਵੀ ਜਦੋਂ ਹਰ ਸਾਲ ਆਹੀ ਭਾਸ਼ਣ ਸੁਣਦੇ ਸੀ ਉੱਥੇ ਕਬੂਤਰ ਜਿਹੜੇ ਲਾਲ ਕਿਲੇ ਦੇ ਵਿੱਚ ਰਹਿੰਦੇ ਸੀ, ਇੱਕ ਵਾਰ ਫਿਰ ਇਕੱਠੇ ਹੋ ਕੇ ਆ ਗਏ ਪ੍ਰਧਾਨ ਮੰਤਰੀ ਸਾਹਿਬ ਕੋਲ, ਕਹਿੰਦੇ ਵੀ ਤਕਦੀਰ ਜਦੋਂ ਬਦਲਣੀ ਹੋਊ ਬਦਲਿਓ, ਨਾ ਬਦਲਿਓ, ਪਹਿਲਾਂ ਆਪਣਾ ਭਾਸ਼ਣ ਬਦਲ ਲਓ। ਹਰੇਕ ਪ੍ਰਧਾਨ ਮੰਤਰੀ ਇਹੀ ਭਾਸ਼ਣ ਦਿੰਦਾ। ਸੋ ਇਹ ਕਾਫੀ ਚਰਚਾ ਦੇ ਵਿੱਚ ਹੈਗਾ, ਭਾਸ਼ਣ ਬੜਾ ਲੰਬਾ ਉਹਨਾਂ ਨੇ ਦਿੱਤਾ ਉੱਥੇ,
और उस भाषण के आप प्राप्तियां जिन्हें गिनाइया ने पर मेरा ख्याल है भी जिन्हें उन्होंने वादे किए थे तो उन्होंने हजे बहुत सारे वादे रेंदे हो सकते हैं। हुण कहिंदे भी डुब्बी तां जां साह ना आया, लोग हो सकता बदलाव चाहते होण सेंटर दे विच भी, पर बदलाव देण किहनूं? कोई चेहरा मोहरे ही है नहीं सामने। चलो आने वाला समा दसूगा तो पंजाब की गल करिए, पंजाब दे विच भी राजनीति तकड़ी चल रही है जोरों शोरों नाल। 15 अगस्त तो बाद जिथे मुख्यमंत्री ने ऐन टका टका के सारे विरोधियों नूं रगड़िया, तो उत्थे ही नाल नाल सुखबीर बादल साहब ने भी एक रखी प्रेस कॉन्फ्रेंस, अद्धे घंटे की 27-28 मिनट का सीगा वो भाषण उन्हां दा। उहदे च पूरा ये किया क्लीयर के भाई नशा जिहड़ा वह आम आदमी पार्टी के MLA विकाउंदे ने मेरे को सबूत है। ठीक है भाई, उन्होंने इल्ज़ाम लाया कि सच्ची सबूत है, ये तो बाद की गल है, पर हुण ये आम आदमी पार्टी सरकार नूं चाहिए भी भाई लिया दस किहदे खिलाफ़ सबूत असीं एक्शन लईए। वो रौला रप्पा उ चली जाता, पर एक हैरानी जिहड़ी सारियां नूं होई है भाषण सुन के वो ये होई है भी सारिया इधरलियां सारिया हेठलियां उतरलियां गल्लां उन्होंने करतियां, पर BSP का ना कदे नहीं लिया। तो या तो हो सकता BSP का भाई अंदर खाते कोई ढिल मठ हो गई हो, या फिर ऊ भुल गए, तो हजे अद्धे जिहड़े काफ़ी अकाली दल वाले जिहड़े ने जो कि भाषण देंदे ने स्पीच देंदे ने वो अकाली बसपा की बजाय अकाली BJP कह देंगे, अकाली भाजपा का गठ सॉरी अजे लत जबान तो चढ़िया होया ना, हौली हौली लथूगा। वैसे जिमें कई बार इस राजनीति भी होंगी, जिमें बादल साहब की आप गल की सी कि जदों भाषण देंदे सी कि स्टेज के उपर जाते, जदों मनप्रीत बादल अलग होया पीपल्स पार्टी ऑफ पंजाब बनाई है असं भी नाल सीगे, वह भी इदा कर जाते जान के कोई सवाल करता सीगा जी आ काम कदों होगा, तो वह कहिंदा मनप्रीत बैठा इहनूं पुछ लो, सुखबीर बैठा इहनूं पुछ लो, नाल दी नाल कहना बच्चा दिमाग ते इन्ना चढ़िया साढ़े परिवार का मैंबर आ, तो वह मूँह उहदा नाम निकल जाता है। तो सीधी सीधी राजनीति है सी लोगों के विश्वास ही नहीं बन दिता गया कि भाई असी अलग है। नाल दी नाल दिल्ली दे विच जिहड़ा पूरा एक इंडिया बनिया जिहड़ी गठजोड़ जिहा बनिया उहदा भी हौली हौली ऐ थोड़ा थोड़ा खिलारा पैंदा नज़र आउंदा दिल्ली दे विच, ते पंजाब दे विच तक पंजाब दे कांग्रेसी ने कहता कि असी भी आम आदमी पार्टी नाल रल के चोण नहीं लड़नी। तो दिल्ली के भी हुण ये होया एक तय अलका लांबा जी पहले आम आदमी पार्टी से उसका बयान भी आया कि भाई दिल्ली के असी चोणा जड़िया कल्ले कल्ले ही लड़ांगे। सो कल्ले कल्ले लड़दे की करदे आने वाला समा दसूगा। तो असी नाल दी नाल 15 अगस्त का मौका सी आजादी का पाकिस्तान का सीगा 14 अगस्त का, तो इनू सैलीब्रेट किया सारियां नूं, असी गल भी की सी कि भाई जिहड़ा 10 लाख मरिया उहदा जिक्र असी कीता काफ़ी देर पहला भी करते रहे अंजाण साहब के जरिए। उस तो बाद पंजाब के मुख्यमंत्री ने जिक्र किया, चंगा लग्या याद किया उन्हां शहीदां नूं, शहीद ही कहांगे असी जिहड़े उदों मर गए सी। उदू बाद एक चंगी गल ये कि अकाल तख्त साहब के जथेदार जी यानी रघुबीर सिंह जी ने बकायदा जिक्र किया, उन्होंने याद किया, और नाल दी नाल बड़ी चंगी गल ये कही है कि असी हर साल ही उन्हां 10 लाख शहीदां नूं चाहे उधरले सी चाहे इधरले सी उन्हां दी आत्मा दी शांति वास्ते हर साल अरदास करया करांगे। 14 अगस्त नूं खंड पाठ साहब रखे जाणगे उन्हां दी याद दे विच, ते 16 अगस्त नूं उहदे भोग पाए जाणगे। चलो बहुत चंगी गल है जी, बहुत चाहीदा भी सीगा साडे जिन्ने हैगे ने। उदू बाद गल कर लीए एक जिहड़ी असी अक्सर करते हुंने आ कि भाई बंदे दी तमा नहीं रजदी, नीत नहीं भरती, पैसा इकट्ठा करन ते दुनिया लगी हुई पूरी। तो एक अमृतसर एयरपोर्ट ते दो बंदे फड़े आ, उन्हां कोलों लगभग एक झोले जे चों ही 1 करोड़ रुपये का समान मिलिया, चैनिया चूनिया मोटिया मोटिया पाइया सी, ब्रेसलेट पाए सी, बड़े कड़े कुड़े पा के आए, मुंदियां मुंदियां पा के आए। तो जो शक हो गई इमीग्रेशन वालों तो उन्होंने जो फोड़ाफाड़ी की, तो भाई 57 मोबाइल आ जड़े आईफोन महंगे महंगे इंडिया मेरे ख्याल हैगा कोई 1.5 लाख लुकदा होना, इन्ना बड़ा नहीं था।
आ 57-60 लाख के दाही हो गए उन्हां कोलों फड़े गए आ। ये दुबई तो जा रहे सी, दुबई तो आपां पता ही है पहला भी सोना बहुत ज़्यादा समगल होया है, दुबई तो समान आउंदा सी। मेरा भी थोड़ी देर वाह रहा इस चीज़ के नाल जिन्हों असी की कहने हैं एक तो हवाला तो एक हुंडी, शायद हुंडी कहिंदे ने, वो की करते सी दुबई तो फ्री टिकट देंदे सी, खर्चा भी देंदे सीगे, जिहड़े लोग उत्थे दे सी एजेंट सीगे पुछदे सी भाई जाना इंडिया, फिर वो समान कहिंदे भी साढ़े दो टैची तू लैके जाने समान। फिर वो हुंदा सी कई वारी एसी हुंदे सी, कई वारी होर वड्डियां चीज़ां हुंदियां सी, कई वारी टैलीविजन हुंदे सी, वह लिया के दिल्ली पहले ही सैटिंग उन्हां दी हुंदी सीगी, ते दिल्ली उन्होंने होटल दे विच्चों ही आके गफ्फार मार्केट जिहड़ी है समान लै जाणा ते पैसे उस बंदे नूं देने, ते पैसे फिर उन्हें जिथे इथे वो बंदे ने लैस जिहड़ी दित्ती हुंदी उत्थों दुबई तो वो उन्हें जाके हुंडी उन्होंने घरों घरी पैसे देने। कारोबार बड़े वड्डे पद्धर ते चलता सी, ये लोग भी उस चीज़ लगते हैं। उत्थे कमाल की गल मैनूं चेता आ गई, सुनाई देवां हुण किदां किदां लोग पैसे कमाउंदे सी। इंडिया आई दा किसी टिकट देती भी भाई तू जाना, टैची देते तू जाना। बाद उस बंदे नूं फोन किया उन्हें जिन्हें इंडिया जाना सी दुबई तो, वो यार सच कहिंदा फोन आया सी घरों, वो छतरियां दो लई आणियां सी यार घर दे, कहिंदे छतरियां मैं हुण भुल गया लियाउणियां, तू ऐ करी ना तू एयरपोर्ट नूं जांदा इहदा फलानी दुकान नहीं हैगी एक अपनी पंजाबियां दी, हाँ हाँ उत्थों तू छतरियां दो फड़ लई तो मैं कोई नहीं उन्हां नूं पैसा दा मैं आपे कर लूं। चलो जो कहिंदा किड्डी गल छतरियां फड़ियां हुण उह रख लईआं नाल चले गया। बाद विच पता लग्या, पता की लग्या किन्नी प्लैनिंग दे नाल छतरियां दी जिहड़ी पाइप हुंदी आ जिहड़ी असीं खोलदे पाइप, सोना ढाल के तो पाइपां दे विच भरिया होया दिल्ली वो फड़े गए। सो ये काम बड़े वड्डे पद्धर ते चलदा। तो एक होर कि द्वारका दी ये दिल्ली वाले ने चक्या मुद्दा, ये दिल्ली की आम आदमी पार्टी ने चक्या मुद्दा कि एक असी सोचते भी सड़क पर किन्ना खर्चा आता हो सरकारों नूं बना देनियां चाहीदियां, एक द्वारका एक्सप्रैस है एक मील के उपर कहिंदे किलोमीटर के उपर 251 करोड़ रुपया खर्च होया। कैसा मतलब लोगों के लालच है। अच्छा ये भी छड्डो, एक मील की सड़क दूँ 18 करोड़ प्रति किलोमीटर अप्रूव होया सी, 18 करोड़ भी बहुत ज़्यादा पर लग्या 251 करोड़ आ। ये हुण धरने धुरने दिल्ली वाले दे रहे ने, संजय सिंह आम आदमी पार्टी वाले भाई इहदा पता करो कौन सी उदों कौन नहीं सी, इहदे तां कोई शक नहीं जिहदा सूत लगता वह लाई जांदा। पहलां आपां जिहड़ियां कॉमनवेल्थ गेमां होईयां सी उहदे विच किहड़ा सीगा उहदा कोर्ट कहिंदी इह जीरूआं तां मैनूं दस दिओ वी किन्नियां लगदियां, ते मगर पता ही नहीं किन्ने हज़ारां लखां करोड़ दा उस च घपला होया सीगा। सो इदां जिहदा सूत लगता वह लाई जांदा। ते असी अगर गल कर लईए एक राम रहीम साहब जिहड़े ने वह आए हुए ने पैरोल ते, ते उन्हां दा वाहवा रौनक मेला लाया उन्होंने अपने यूपी दे विच जन्मदिन सी कहिंदे कल 15 अगस्त नूं, ते उन्होंने 56 सालां दे होए ने 56 बूटे लाए ने नाल हनीप्रीत ने भी। अच्छा दूजी कमाल की गल है इहदे च वैसे कोई शक नहीं सोशल काम वह करदा, बूटे बाटे लाउणा, बॉडी डोनेट करनी, अखां डोनेट करनियां, ब्लड डोनेशन डोनेट करना। उस बेस के उपर एक जर्मन की किसी कंपनी ने उन्होंने डॉक्टर की उपाधि देती है, तो हुण इउं कह सकते हैं कि डॉक्टर राम रहीम सिंह ते नाल डॉक्टर हनीप्रीत जी दोहां ने उन्होंने ये डॉक्टरेट की जिहड़ी आ पदवी दे दित्ती है। ये भी एक वाहवा रौला जिहड़ा पिया होया। तो दूजी अगर असी गल सनी देओल की भी गल कर रहे भी सरहद के उपर सारा कुछ रौला पाया गया के आया, तो अच्छा ये पाकिस्तान के खिलाफ सारा 2.5 घंटे की फिल्म पाकिस्तान के खिलाफ है। और पहली गल तो यह गुरदासपुर वड़िया ही नहीं, पहला भी जिक्र किया, दूजा भाई इनू कोई समझाने वाला हो फिल्म बनाने वाले नू पाकिस्तान दे गुरु घरां दे विच चल जाओ, उत्थे हिंदू लंगर बनाउंदे ने, पाकिस्तानी मुसलमान भैन भरा लंगर बनाउंदे ने ते लंगर छकाउंदे ने संगतां नू, ते इदां असी पाकिस्तान दे खिलाफ जहर उगल के ते वो फिल्मां आपदियां हिट करी जांदे पैसे कमाई जांदे आ, सब बिजनेस है। और लोगों ने तो यह भी कहा कि भाई तारा अगर पाकिस्तान बार बार जा सकता है तो गुरदासपुर आने मौत पैंदी है, गुरदासपुर भी आ जाता। सो गुरदासपुर वह नहीं आया। अच्छा ब्रेक तो बाद असी जरूर जिक्र करना चाहवांगे जिहड़ा है SB 553 बिल अज प्रोटेस्ट सीगा, उहदा की असर होया, की होने की संभावना है। और कमाल की गल ए सी कि जिस बंदे ने वो कानून बनाया डेविड कटोजी शायद नाम है, वो खुद उत्थे आया
पहला उन्हें मीटिंग की उन्होंने उत्थे आ के लोगों के सवालों के जवाब दिते भी मैं ये क्यों बनाया ये बारे गलबात करांगे पर ब्रेक तो बाद फिलहाल ब्रेक लेने देखते रहो जस पंजाबी मिलते हैं ब्रेक तो बाद जी ब्रेक तो बाद एक बार फिर स्वागत है तो जिवें मैं पहला गल की असी हुण थोड़ी देर वास्ते गल करांगे प्रोटेस्ट की और इत्थे कमाल की गल यह है कि पूरे कैलीफोर्निया लोग पहुँचे सके इकट्ठ काफ़ी सगा इतने पहुँचे सके जिहड़े असी जिवें गल जिन्होंने चक्कर चक्या सी जसकरन सोता उन्होंने गल की अज्ज असी उत्थे एल ए तो जिहड़े प्रोटेस्ट करन आए सी उन्होंने गल करांगे कुलबीर सिंह समरा हाँ जी समरा साहब सत श्री अकाल जी बहुत बहुत स्वागत तुहाडा जस पंजाबी दे जी सर मुड़ गए वापस प्रोटेस्ट तो हाँ जी प्रोटेस्ट तो वापस आ गया जी अच्छा आपां असी कल गल कीती जसकरन सोता नाल वैसे साडे दर्शकां नाल इस प्रोटेस्ट बारे ते अज असी गल करांगे ते किवें रिहा अज दा प्रोटेस्ट ते की इहदे विचों आपां नूं कढण पाउण नूं है अच्छा पहली गल ते जिहड़ा असीं लोकां नूं अपडेट कीता पहलां तां बहुत शॉर्ट टाइम सी दूसरी गल ए सी भई जिहड़े कोल ऑलमोस्ट 1500-1600 बंदा इकट्ठा हो गया सी हां कट बहुत सीगा कट बहुत सीगा ਤੇ ਉੱਥੇ ਉਹਨਾਂ ਨੂੰ ਵੀ ਜੋ ਵੀ ਅਸੈਂਬਲੀਮੈਨ ਵਗੈਰਾ ਜਿਨ੍ਹਾਂ ਨੇ ਇੰਟਰੋਡਿਊਸ ਕੀਤਾ ਸੀ ਇਹ ਆਪਣਾ ਬਿੱਲ ਹਾਂ ਜੀ ਡੇਵਿਡ ਕਟੋਜੀ ਆਏ ਸੀ ਉਹਨਾਂ ਹਾਂ ਜੀ ਉਹਨਾਂ ਨੂੰ ਵੀ ਆਏ ਉਹਨਾਂ ਨੇ ਵੀ ਆਪਣਾ ਇਨਪੁਟ ਦਿੱਤਾ ਲੇਕਿਨ ਉਹ ਸੋਚਦੇ ਸੀ ਅਸੀਂ ਤੁਹਾਨੂੰ ਸਟੇਕ ਦਾ ਬੈਨੀਫਿਟ ਕੀ ਆ ਅਸੀਂ ਕਿਹਾ ਵੀ ਜਿਹੜੀਆਂ ਫੋਕੀਆਂ ਗੋਲੀਆਂ ਤੇ ਦਿੰਦੇ ਆ ਉਹ ਫੋਕੀਆਂ ਗੋਲੀਆਂ ਨੇ ਗੱਲ ਸਾਨੂੰ ਇੱਕ ਹੁੰਦਾ ਪ੍ਰੈਕਟੀਕਲ ਇੱਕ ਹੁੰਦੀ ਥਿਊਰੀ ਸਾਨੂੰ ਪ੍ਰੈਕਟੀਕਲ ਵਿੱਚ ਦੱਸਿਆ ਜਾਵੇ ਇਸ ਕਰਕੇ ਅਸੀਂ ਅੱਜ 10 ਬੰਦਿਆਂ ਦੀ ਆਪਣੀ ਇੱਕ ਕਮੇਟੀ ਬਣਾ ਰਹੇ ਹਾਂ ਕਿ ਜਿਹੜੇ ਕਿ ਉਹਨਾਂ ਇਮੀਡੀਏਟਲੀ ਰਾਊਂਡ ਟੇਬਲ ਕਰਕੇ ਤੇ ਉਹਨਾਂ ਨੂੰ ਐਕਸਪਲੇਨ ਕੀਤਾ ਜਾਵੇ ਤੇ ਸਾਨੂੰ ਵੀ ਪਤਾ ਲੱਗੇ ਵੀ ਉਹ ਕੀ ਚਾਹੁੰਦੇ ਆ ਅੱਛਾ ਤੇ ਸਮਰਾ ਸਾਹਿਬ ਉਹਨਾਂ ਨੇ ਆਪਣਾ ਕੀ ਪੱਖ ਰੱਖਿਆ ਇੱਕ ਕਾਨੂੰਨ ਬਣਾਉਣ ਦਾ ਕੀ ਕਾਰਨ ਦੱਸਿਆ ਇਹਦੇ ਪਿੱਛੇ ਉਹ ਤਾਂ ਜਿਵੇਂ ਮੈਂ ਜਿੰਨਾ ਕੁਛ ਸੁਣਿਆ ਉੱਥੇ ਕਹਿੰਦੇ ਸੀ ਕਿ ਵੀ ਇਹ ਤਾਂ ਇਹ ਆ ਵੀ ਤੁਸੀਂ ਉਹਨੂੰ ਕਰੋਗੇ ਕੁਛ ਉਹ ਤੁਹਾਡੇ 'ਤੇ ਹਮਲਾ ਕਰ ਦੇਗਾ ਤੁਹਾਡੀ ਸੇਫਟੀ ਵਾਸਤੇ ਕੁਛ ਇੱਦਾਂ ਕਹਿ ਰਹੇ ਸੀ ਉਹ ਇਸ ਤਰ੍ਹਾਂ ਸੀ ਪਹਿਲਾਂ ਕਿ ਜਿੰਨੇ ਕਿ ਦੋ ਪਾਰਟੀਆਂ ਹੋਣ ਦੇ ਨਾਤੇ ਇੱਕ ਰਿਪਬਲਿਕਨ ਆ ਇੱਕ ਆਪਣੇ ਡੈਮੋਕ੍ਰੈਟਿਕ ਆ ਹਾਂਜੀ ਜਿਹੜੇ ਦੇ ਰਿਪਬਲਿਕ ਸੀ ਉਹ ਸਾਰੇ ਇਸ ਬਿੱਲ ਦੇ ਅਗੇਂਸਟ ਸੀਗੇ ਉਹ ਕਹਿੰਦੇ ਵੀ ਇਹ ਜਿਹੜਾ ਬਿੱਲ ਆ ਗਲਤ ਆ ਅਸੀਂ ਉਹਦੇ ਵਿੱਚ ਅਸੀਂ ਦੇ ਓਪੋਜੀਸ਼ਨ ਦੇ ਵਿੱਚ ਕਰਾਂਗੇ ਕਿਉਂਕਿ ਇਹਨੂੰ ਅਪੋਜ ਕਰਾਂਗੇ ਕਿਉਂਕਿ ਇਹ ਬਿੱਲ ਠੀਕ ਨਹੀਂ ਗਾ ਕਿਉਂ ਇਹਦੇ ਨਾਲ ਇਹ ਨਹੀਂ ਹੋਣਾ ਕਿ ਸਿਰਫ ਇਹਨੂੰ ਬਿਜ਼ਨਸ ਉਹਨੂੰ ਹੋਣਾ ਆ ਨੁਕਸਾਨ ਨਾਲ ਕਿ ਸਾਡੇ ਜਦੋਂ ਬੱਚਿਆਂ ਨੇ ਬਾਅਦ ਚ ਕਰਨਾ ਇਹਨਾਂ ਨੂੰ ਉਹ ਜੇ ਸੋਚਣਗੇ ਵੀ ਜੇ ਇਹ ਚੋਰੀ 500 ਤੱਕ ਸਾਡੇ ਬੱਚੇ ਵੀ ਰੌਂਗ ਡਿਸਚਾਰਜ ਜਾ ਸਕਦੇ ਆ ਤੇ ਇਸ ਕਰਕੇ ਵੀ ਅਸੀਂ ਇਸ ਗੱਲ ਨੂੰ ਅਪੋਜ ਕਰਦੇ ਹਾਂ ਇਹ ਬਿੱਲ ਪਾਸ ਨਹੀਂ ਹੋਣਾ ਚਾਹੀਦਾ ਤੇ ਇਸ ਕਰਕੇ ਬਾਕੀ ਜਿਹੜੇ ਬੰਦੇ ਸੀਗੇ ਜਿੰਨੇ ਵੀ ਇਕੱਠੇ ਹੋਏ ਸੀ ਜਿਹੜੇ ਆਪਣੀ ਸਾਡੀ ਕਮਿਊਨਿਟੀ ਹੋਈ ਆ ਬਾਕੀ ਮਿਰਣੀਆਂ ਵੀ ਇਕੱਠੀਆਂ ਹੋਈਆਂ ਉਹਨਾਂ ਨੇ ਇਹਨੂੰ ਬੁਰੀ ਤਰ੍ਹਾਂ ਇਹਨੂੰ ਅਪੋਜ਼ ਕੀਤਾ ਨਾਲ ਕਿ ਇਹ ਕੀਤਾ ਕਿ ਇੱਕ ਜਿਹੜਾ ਬਿੱਲ ਪਹਿਲਾਂ ਪਾਸ ਹੋਇਆ 47 ਹਾਂਜੀ ਜਿਹੜਾ 47 ਆ ਉਹਦੇ ਮਤਲਬ ਇਹ ਆ ਕਿ ਕੋਈ ਵੀ ਬੰਦਾ ਆ ਜੇ ਝਾੜੇ ਸੋਟ ਤੇ $950 ਦਾ ਆਪਣਾ ਸਮਾਨ ਦਿਖਾੜਾ ਸਕਦਾ ਤੁਸੀਂ ਬੁਰੀ ਤਰ੍ਹਾਂ ਫੇਲ ਕਰਨਾ ਚਾਹੁੰਦੇ ਆ ਤਾਂ ਕਿ ਸਾਡੇ ਜਿਹੜੇ ਬਿਜ਼ਨਸ ਓਨਰ ਉਹਨਾਂ ਤੋਂ ਨੁਕਸਾਨ ਨਾ ਹੋਵੇ ਤੇ ਇਹਦੀ ਕੀ ਸੰਭਾਵਨਾ ਜੀ ਹੁਣ ਕੀ ਉਹਨੇ ਰਿਸਪੌਂਸ ਦਿੱਤਾ ਪੋਜ਼ਿਟਿਵ ਦਿੱਤਾ ਕੁਛ ਥੋੜ੍ਹਾ ਬਹੁਤ ਰਿਸਪੌਂਸ ਜਿਵੇਂ ਕਿ ਮੇਅਰ ਜਿਹੜੇ ਨੇ ਐਲਗਰੋਵ ਦੇ ਬੌਬੀ ਸਿੰਘ ਅਤੇ ਉਹਨਾਂ ਨੇ ਤੇ ਜਿਵੇਂ ਦੱਸਿਆ ਸੀ ਕਿ ਮੀਟਿੰਗ ਬਹੁਤ ਪੋਜ਼ਿਟਿਵ ਹੋਈ ਆ ਔਰ ਇਹਦੀ ਸੰਭਾਵਨਾ ਹੈਗੀ ਆ ਵੀ ਕੁਛ ਨਾ ਕੁਛ ਹੋਏਗਾ ਇਹਦੇ 'ਚ ਜਿਵੇਂ ਆਪਣੇ ਜਿੰਨੇ ਉੱਥੇ ਬੁਲਾ ਰਹੇ ਸੀਗੇ ਉਹ ਕਹਿ ਰਹੇ ਸੀ ਰਿਟੇਲਰ ਸ਼ਬਦ ਵਿੱਚੋਂ ਉਡਾਓ ਉਹ ਰਿਟੇਲਰ ਸ਼ਬਦ ਦਾ ਕੀ ਰੌਲਾ ਰਿਟੇਲਰ ਇਹ ਆ ਵੀ ਕੋਈ ਵੀ ਬਿਜ਼ਨਸ ਆ ਤੁਸੀਂ ਆ ਜਾਂ ਅਸੀਂ ਆ ਅਸੀਂ ਇੱਕ ਸਮਾਨ ਲੈ ਕੇ ਕਿਸੇ ਤੋਂ ਹੋਲਸੇਲ ਤੇ ਰਿਟੇਲ ਕਰ ਰਹੇ ਆ ਉਹਨੂੰ ਉਹ ਵੇਚ ਰਿਹਾ ਜੋ ਕਿ ਪੱਬ ਲੈ ਕੇ ਓਪਨ ਆ ਤੇ ਉਹ ਵੀ ਬੌਬੀ ਸਿੰਘ ਵੀ ਉਹ ਇਸ ਗੱਲ ਦੇ ਕਹਿੰਦੇ ਵੀ ਜਿਹੜਾ ਕਾਨੂੰਨ ਬਣਾਇਆ ਉਹਨਾਂ ਕੋਈ ਨੌਲੇਜ ਨਹੀਂ ਗੀ ਉਹਨਾਂ ਨੇ ਜਿਹੜਾ ਬਣਾਇਆ ਬਿਲਕੁਲ ਗਲਤ ਬਣਾਇਆ ਅਸੀਂ ਤੁਹਾਡੇ ਹੱਕ ਦੇ ਵਿੱਚ ਆ ਇਹ ਨੇ ਜਿੰਨੇ ਕਿ ਰਿਪਬਲਿਕਨ ਆਏ ਆ ਬਾਕੀ ਇੱਕ ਦੋ ਡੈਮੋਕ੍ਰੇਟ ਵੀ ਆਏ ਆ ਉਹ ਸਾਰੇ ਕਹਿੰਦੇ ਵੀ ਅਸੀਂ ਇਸ ਲਾਅ ਦੇ ਅਗੇਂਸਟ ਆ ਇੱਕ ਹੈਗਾ ਲਾਅ ਹੈਗਾ 47 ਕਿ ਜਿਸ ਦਿਨ ਕੋਈ ਬੰਦਾ ਆਉਂਦਾ ਚੋਰ ਆਉਂਦਾ
ਕ੍ਰਿਮੀਨਲ ਆਉਂਦਾ ਉਹ ਆਪਣੇ 950 ਦੌੜਦਾ ਆਪਣੇ ਚੋਰੀ ਕਰਦਾ ਤਾਂ ਤੁਸੀਂ ਉਹਨੂੰ ਪੁਲਿਸ ਕੋਈ ਐਕਸ਼ਨ ਨਾ ਲਓਗੇ। ਹੁਣ ਇਹਦੇ ਬਾਰੇ ਵੀ ਗੱਲ ਕੀਤੀ ਗਈ ਕਿ ਇਹ ਕੰਮ ਜਿਹੜਾ ਹੈਗਾ ਬਿਲਕੁਲ ਗਲਤ ਹੈ ਕਿ ਫਾਰ ਐਗਜ਼ਾਮਪਲ ਕਿ ਮੇਰਾ ਬਿਜ਼ਨਸ ਆ ਕੋਈ ਚਾਰ ਬੰਦੇ ਆਉਂਦੇ 950 ਬਾਈ 4 $38 and everybody was agree. So after we finishing jada law honi banan chahunde aa SB 553 jinne ke takriban utte gal bade oh saryan ne no kiya par jinna ne introduce kita unna ne is kiya apne as tanu explain karange par assi koi bacche nahi retailer ne ge assi unna baapa de baap aa jehde sade bacche vi jehde attorney ja vakil aa ਉਹ ਕਹਿੰਦੇ ਇਹ ਲਾ ਬਿਲਕੁਲ ਗਲਤ ਆ ਤੇ ਹੁਣ ਉਹਨਾਂ ਨੇ ਕਿਹਾ 10 ਮੈਂਬਰੀ ਕਮੇਟੀ ਬਣਾ ਕੇ ਤੇ ਰਾਉਂਡ ਟੇਬਲ ਮੀਟਿੰਗ ਕੀਤੀ ਜਾਊਗੀ ਤਾਂ ਕਿ ਜਿਹੜੀ ਉਹਨਾਂ ਨੂੰ ਉਹਦੇ ਬ੍ਰੇਨ ਦੇ ਵਿੱਚ ਇੱਕ ਕੀੜਾ ਬਣਿਆ ਪਿਆ ਆ ਉਹਨੂੰ ਥੋੜੀ ਪੋਇਜ਼ਨ ਪਾਈ ਜਾਵੇ ਤਾਂ ਕਿ ਉਹ ਕੀੜਾ ਮਰ ਸਕੇ। ਬਿਲਕੁਲ ਇੱਕ ਅੱਛਾ ਸਮਰ ਸਾਹਿਬ ਜਿਹੜੀ ਮੇਰੀ ਇਹ ਉਮੀਦ ਸੀਗੀ ਕਿ ਹੋਰ ਕਮਿਊਨਿਟੀਜ਼ ਦੇ ਲੋਕ ਵੀ ਹੋਣਗੇ ਬਹੁਤ ਪਰ ਉਹ ਮੈਨੂੰ ਲੱਗਿਆ ਨਹੀਂ ਕਿ ਅਸੀਂ ਚਲੋ ਅੱਗੇ ਸੀ ਤੁਸੀਂ ਦੇਖ ਰਹੇ ਹੋ ਸਾਰੇ ਸੀਗੇ ਹੋਰ ਦੇਖੋ ਬਹੁਤ ਘੱਟ ਮਾਤਰਾ ਦੇ ਦੂਸਰੀਆਂ ਕਮਿਊਨਿਟੀਆਂ ਆਈਆਂ ਉਹਦਾ ਦੋ ਕਾਰਨ ਆ ਨੰਬਰ 1 ਇਹ ਬਹੁਤ ਸ਼ਾਰਟ ਟਾਈਮ ਮੈਸੇਜ ਆ ਨੰਬਰ 2 ਕਿ ਮੋਸਟਲੀ ਇੰਡੀਅਨਸ ਓਨਸ ਲੋਟ ਆਫ ਬਿਜ਼ਨਸ। ਅੱਛਾ ਤੇ ਅਸੀਂ ਅੱਜ ਅਸੀਂ ਆਉਣ ਤੋਂ ਪਹਿਲਾਂ ਉਹਨਾਂ ਨਾਲ ਗੱਲ ਕੀਤੀ ਵੀ ਜਿਹੜਾ ਨੈਕਸਟ ਮੀਟਿੰਗ ਹੋਊਗੀ ਜਿਹੜੀ ਉਹ ਸਾਨੂੰ ਪਹਿਲਾਂ 2 ਵੀਕਾਂ ਦੱਸਿਆ ਜਾਵੇ ਤਾਂ ਕਿ ਅਸੀਂ ਲੋਕਲ ਟੀਵੀ ਲੋਕਲ ਰੇਡੀਓ ਤੇ ਅਸੀਂ ਜਿੱਦਾਂ ਸਾਡੇ ਇੱਕ ਬਹੁਤ ਬੈਸਟ ਸਾਧਨ ਆ ਜਿਹੜਾ ਗੁਰਦੁਆਰਾ ਸਾਹਿਬ ਆ। ਨਹੀਂ ਆਪਾਂ ਗੁਰਦੁਆਰਾ ਸਾਹਿਬ ਦਾ ਆਪਣੀ ਕਮਿਊਨਿਟੀ ਦਾ ਵੈਸੇ ਸਮਰਾ ਸਾਹਿਬ ਆਪਣੀ ਕਮਿਊਨਿਟੀ ਤੋਂ ਵੈਸੇ ਪਤਾ ਲੱਗਦਾ ਮੈਂ ਗੱਲ ਕਰਦਾ ਸੀ ਜਿਹੜਾ ਇਹਦਾ ਅਸਰ ਹੈ ਉਹ ਤਾਂ ਸਾਰੀਆਂ ਕਮਿਊਨਿਟੀਜ਼ 'ਤੇ ਪਿਆ ਨਾ। ਮੈਕਸੀਕਨ ਦਾ ਵੀ ਸਟੋਰ ਹੈਗੇ ਨੇ ਹੋਰਾਂ ਦੇ ਵੀ ਹੈ ਗੋਰਿਆਂ ਦੇ ਵੀ ਹੈਗੇ ਨੇ ਕਾਲਿਆਂ ਦੇ ਵੀ ਹੈਗੇ ਨੇ ਉਹਨਾਂ ਨੂੰ ਕਿਵੇਂ ਨਾਲ ਜੋੜ ਸਕਦੇ ਆ? ਅਸੀਂ ਉਹਨਾਂ ਨੂੰ ਇਸ ਕਰਕੇ ਕੀਤਾ ਵੀ ਜਿਹੜਾ ਸਪੈਨੇਟਿਵ ਵੀ ਆ ਚੈਨਲ 52 ਜਿਹੜਾ ਆ ਸਪੈਨੇਟਿਵ ਵੀ ਆ ਅਸੀਂ ਉਹਨਾਂ ਨੂੰ ਜੇ ਨੈਕਸਟ ਟਾਈਮ ਵੀ ਮੀਟ ਆਊਗਾ ਅਸੀਂ ਉਹਨਾਂ ਨੂੰ ਕੱਟ ਕਰਾਂਗੇ ਜਿਹੜਾ ਅਰਮੀਨੀਅਨ ਕਮਿਊਨਿਟੀ ਆ ਲੋਟ ਆਫ ਬਿਜ਼ਨਸ ਦੇ ਓਨ ਅਰਮੀਨੀਅਨ ਸੀਰੀਅਨ ਅਸੀਂ ਉਹਨਾਂ ਨੂੰ ਵੀ ਅਸੀਂ ਉਹਨਾਂ ਦੇ ਟੀਵੀ ਚੈਨਲ ਤੇ ਜਾ ਕੇ ਉਹਨਾਂ ਨੂੰ ਅਸੀਂ ਕੰਟੈਕਟ ਕਰਕੇ ਅਸੀਂ ਦੱਸਾਂਗੇ ਤੁਹਾਨੂੰ ਆ ਬਣੇ ਤੁਸੀਂ ਸਾਡੇ ਨਾਲ ਜੁਆਇਨ ਕੀਤਾ ਨੈਕਸਟ ਟਾਈਮ ਕਰੋ ਤੇ ਉਹਦੇ ਨਾਲ ਅਸੀਂ ਸਾਨੂੰ ਯੂਨਿਟੀ ਚਾਹੀਦੀ ਆ। ਯੂਨਿਟੀ ਦਾ ਇੱਕੋ ਹੀ ਪ੍ਰੋਸੈਸ ਆ ਕਮਿਊਨੀਕੇਸ਼ਨ ਤੇ ਥਰੂ ਦੀ ਕਮਿਊਨੀਕੇਸ਼ਨ ਵੀ ਵਿਲ ਬੀ ਸਕਸੈਸ। ਬਿਲਕੁਲ ਭਾਈ ਇਕੱਠ ਇੰਨਾ ਫਿਰ ਵੀ ਚਾਹੇ ਮੋਸਟਲੀ ਪੰਜਾਬੀ ਸੀਗੇ ਪਰ 1500-1600 ਦਾ ਇਕੱਠ ਹੋਣਾ ਬਹੁਤ ਵੱਡਾ ਇਕੱਠ ਹੈ। ਔਰ ਦੂਜੀ ਗੱਲ ਇਹ ਹੈ ਕਿ ਉਹ ਲੋਕ ਵੀ ਪਹੁੰਚੇ ਸੀ ਬਹੁਤ ਜ਼ਿਆਦਾ ਜਿਨ੍ਹਾਂ ਦੇ ਸਟੋਰ ਨਹੀਂ ਹੈ ਪਰ ਸਟੋਰਾਂ ਨਾਲ ਸੰਬੰਧ ਤਾਂ ਹਰ ਇੱਕ ਦਾ ਹੈਗਾ ਨਾ। ਉਹ ਇਸ ਤਰ੍ਹਾਂ ਪਹੁੰਚੇ ਆਪਣੇ ਜਗਜੀਤ ਸਿੰਘ ਜੀ ਉਹ ਇਸ ਕਰਕੇ ਪਹੁੰਚੇ ਸਾਡੇ ਬੱਚੇ ਰੋਂਗ ਡਰੈਕਸ਼ਨ ਜੇ ਆ ਰਹੇ ਆ। ਹਾਂਜੀ ਹਾਂਜੀ ਉਹ ਕਹਿੰਦੇ ਆ ਵੀ ਜੇ ਅਸੀਂ ਕਿਸੇ ਸਟੋਰ 'ਚ $950 ਦੀ ਚੋਰੀ ਕਰ ਲੈਂਦੇ ਹਾਂ ਸਾਨੂੰ ਕੀ ਜ਼ਰੂਰਤ ਹੈ ਅਸੀਂ ਚੋਰੀ ਕਰ ਲਾਂਗੇ। ਉਹ ਪੁੱਛਦੇ ਪਾਪਾ ਇਜ਼ ਗੁੱਡ ਔਰ ਬੈਡ? ਬਿਲਕੁਲ ਬਿਲਕੁਲ ਜਦੋਂ ਅਸੀਂ ਕਹਿੰਦੇ ਬੈਡ ਹੈ ਤਾਂ ਕਹਿੰਦੇ ਵਾਈ ਨੋਟ ਸ਼ੁੱਡ ਬੀ ਡਿਸੋਲਵ ਦਿਸ ਲਾਅ। ਹਾਂ ਬਿਲਕੁਲ ਚਲੋ ਇਸ ਕਰਕੇ ਉਹ ਬੱਚੇ ਵੀ ਮਤਲਬ ਜਿਹੜੇ ਇੱਥੇ ਤੇ ਪੜ੍ਹੇ ਲਿਖੇ ਆ ਇੰਜੀਨੀਅਰ ਆ ਡਾਕਟਰ ਆ ਉਸ ਕੁਐਸਚਨ ਨੂੰ ਕਹਿੰਦੇ ਟੋਟਲੀ ਦਿਸ ਇਜ਼ ਰੋਂਗ ਸ਼ੁੱਡ ਬੀ ਡਿਸੋਲਵ ਐਂਡ ਵੀ ਅਪੋਜ਼ ਦਿਸ ਲਾਅ। ਚਲੋ ਮਿਹਰਬਾਨੀ ਜੀ ਬਹੁਤ ਤੁਹਾਡੀ ਸਮਰ ਸਾਹਿਬ ਔਰ ਉਮੀਦ ਕਰਦੇ ਓਕੇ ਜੀ ਉਮੀਦ ਕਰਦੇ ਹਾਂ ਵੀ ਇਹ ਜਿਹੜਾ ਬਿੱਲ ਹੈਗਾ ਇਹ ਉਮੀਦ ਕਰਦੇ ਹਾਂ ਜੀ ਬਿੱਲ ਜਿਹੜਾ ਇਹ ਹੈਗਾ ਕਿ ਇਹ ਠੀਕ ਹੋ ਜਾਏਗਾ ਆਉਣ ਵਾਲੇ ਸਮੇਂ ਦੇ ਵਿੱਚ। ਨਾਲ ਦੀ ਨਾਲ ਅਸੀਂ ਅਗਰ ਗੱਲ ਕਰੀਏ ਕਿ ਬਹੁਤ ਲੋਕ ਸੀਗੇ ਬਹੁਤ ਜ਼ਿਆਦਾ ਲੋਕ ਸੀਗੇ ਕਿਉਂਕਿ ਹਰ ਬੰਦਾ ਇਹ ਕਹਿੰਦਾ ਸੀਗਾ ਕਿ ਅਸੀਂ ਸਟੋਰ ਬੇਸ਼ੱਕ ਸਾਡਾ ਨਹੀਂ ਹੈ ਪਰ ਲੋਕ ਜਿਹੜੇ ਹੈਗੇ ਨੇ ਸਟੋਰਾਂ ਦੇ ਵਿੱਚ ਜਾਂਦੇ ਨੇ। ਅਸੀਂ ਕਿਸੇ ਸਟੋਰ ਦੇ ਵਿੱਚ ਗਏ ਹਾਂ ਕੋਈ ਪਤਾ ਨਹੀਂ ਉੱਥੇ ਕਿਹੜਾ ਗਨ ਲੈ ਕੇ ਆ ਜਾਵੇ ਜਾਂ ਗਨ ਚਲਾਈ ਹੋਵੇ ਜਾਂ ਹੱਥ 'ਚ ਫੜੀ ਖੜਾ ਹੋਵੇ ਇਹ ਸਾਰਾ ਕੁਛ ਉਹਦੇ ਕਰਕੇ ਇਹ ਕਾਨੂੰਨ ਵਾਪਸ ਲੈਣ ਨੂੰ ਕੀ ਕਿਹਾ ਜਾਂਦਾ ਹਜੇ ਗਵਰਨਰ ਦੇ ਸਾਈਨ ਹੋਣੇ ਬਾਕੀ ਹੈ। ਔਰ ਕਮਾਲ ਦੀ ਗੱਲ ਇਹ ਪਤਾ ਲੱਗੀ ਅੱਜ ਉੱਥੇ ਇੱਕ ਦੋ ਬੰਦਿਆਂ ਨੇ ਕਿਹਾ ਕਿ ਅਸੀਂ ਉਹਨਾਂ ਨੂੰ ਕਿਹਾ
जिन्हें कानून बनाया सी भाई असी तो अपने स्टोर इस करके बंद करते साढ़े चार बजे लुट हो गई हफ्ते दे विच। अच्छा लोग बाहरों फ्लाइट लैके आते हैं दो चार दिन इतने रेंदे ने मौजां मारते हैं पांच सत्त स्टोर लुटते हैं तो उस बाद चल जाते हैं। लोग तो इतों तक भी बेनता करते हैं भाई समान चोरी तुम कर लिया ठीक है सानू ही वापस दे जाओ अद्धे अद्धे मुल से दे दो घट मुल से दे दो। सो ये एक बड़ा प्रोग्राम जिहड़ा काफ़ी वड्डे पद्धर से चक्कण चक्या यदा हल की निकलता है भी समा दसूगा पर एक ब्रेक लै लें ब्रेक तो बाद फिर हाजिर होंने देखते रहो जस पंजाबी जी मिलते हैं ब्रेक तो पर फिर हाजिर है जी। तो कल वाले पास चलते हैं तो विशा आप वैसे कोई भी रख सकते हैं हड़ा की भी गल कर सकते हैं देखे भाले हो गए हड़ पहला जा फिर असी आह जड़ा कानून पास हो रहा वह असी पहला वैसे जिक्र किया फिर भी जिहड़े नहीं भी स्टोर वह भी इतने जोड़े लोग बहुत वड्डे पद्धर से पहुँचे से ईवन स्टेट जॉब करते उ स्टेट जॉब कर दी पंजाबी कुड़ियाँ वो स्टेट आई डी पा के अपनी उत्थे 15 मिनट की परमिशन लैके वो भी उत्थे हाजिरी लवा गई भी पता लगे तो कि असी भी इन्हों के नाल हाँ। चलो आप कल सिलसिला शुरू करते हैं डॉक्टर रशपाल सिंह जी बाजवा साहब सत श्रीकाल जी स्वागत है। सत श्रीकाल जी सर ठीक ठाक हो जी। हाँ हाँ बिल्कुल जी। देखो तुसी आज ना सेगमेंट दे पहला सेक्शन च गल कीती सी जी कि पंजाब ते हिमाचल प्रदेश च जिहड़े फ्लड्स आए हाँ जी दोबारा आए जिहड़े हाँ दोबारा आए। देखो ये अज मैं भी डिबेटां सुनदा सी पहली ते गल है कि मेरा बहुत मन दुखदा भी उत्थों दे जिहड़े लोक हिमाचल दे ते पंजाब दे जी जिन्हां दा इन्ना नुकसान कंटीन्यूअसली हो रहा जी और जिहड़े सेंट्रल गवर्नमेंट खास करके ते पंजाब दी सारी अपोजिशन जी ओ माफ करना मैं किसी पार्टी दे उल्टियां फेवर च नहीं ये मेरे मन दी गल है जो मैं फील की बिल्कुल भाई ओ तमाशा वेख रहे जी बिल्कुल ये लफ्ज मैं तमाशा कहना नहीं चाहिए था, पर तमाशा वेख रहे हाँ वो एक दूजे नूं पुछ रहे है भी आ पार्टी आम आदमी पार्टी खास करके फेल हो गई। देखो क्लाइमेट चेंज एक बहुत रियल इशू है जी ये मुड़ मुड़ के भी आऊगा और जो ये कहते ना मुआवजे नहीं किन्ने दोगे किन्ने घट दोगे किन्ने वध दोगे मैं ये पूछना चाहना पिछले 75 साल च केड़ा एक टारगेट फिक्स किया जिदे ते कोई जिहड़ी हुण गवर्नमेंट आई है वो उस चीज तो लैके तो वो पैमाना बना ले हड़ा दे हड़ आई जा रहे है जी। एक दा हले मुआवजा गिनती पूरी नहीं हुई जिन्हों गुरदौरी कहते जे उतो होर आ गया फिर पानी वहिंदे दे विच साडी स्टेट है उतो आउंदा। मैं ये गल कहना भी हाले मेरे हिसाब च मैं तो कहना सवेर तो बंद हो जाए और अगली 50 साल कख ना हो गए पर जिहड़ी क्लाइमेट चेंज है दैट इज रियल बिल्कुल जी। ये बदल दा पानी ता कुछ भी नहीं गा जदों पहाड़ां दे ग्लेशियर ये मेल्ट होने शुरू होने आ एक्सेसिव हीट नाल ये ता बहुत ज्यादा नुकसान दा खर्चा है खास करके ये पंजाब स्टेट इन दा पैसेज है ये उरले बने नू ते परले बने नू पाकिस्तान। सो मेरा ते कहने दा मतलब है अज बड़ी डिबेट हो रही थी भी ये नेशनल एमरजेंसी है कि नहीं है अगर प्राइम मिनिस्टर साहब मन की बात करते हैं तो उन्होंने अगर मन की बात आ जाए इन्होंने लोगों ने सारा बन जान तो जेडे वोट होंगे वह भी मिल जाते हैं नहीं तो जे तमाशा वेखना तो पुरानी एक गल आ बई वो जरा फ्रेंच रेवोल्यूशन सी वो नीरो जरा सी वो बंसरी बजा रहा सी सो इस टाइम ये सीरियस चीज है अरे क्लाइमेट चेंज गां भी आनी है ये ठीक है कि साडा कंट्री इन्ना रिजिलियंट ओदे वास्ते नहीं गा असी सिस्टम नहीं बनाए सो किसे ए एक स्टेट गवर्नमेंट दी प्रॉब्लम नहीं है ये कोई नेशनल एमरजेंसी डिक्लेयर करके उन्हें गरीबा की मदद करना चाहिए। थैंक यू भाई मेहरबानी बहुत मेहरबानी जी। सरदार केवल सिंह जी सत श्रीकाल जी। जी सरदार केवल सिंह जी ऑन एयर हो जी। हेलो 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 हाँ जी केवल सिंह जी अपनी आवाज टीवी दी घट करके ते जी करोगा ऑन एयर हो तुसी ठीक है। हाँ जी ठीक है जी
ਮਾੜਾ ਜਿਹਾ ਹੋਲਡ ਰੱਖਿਓ, ਮਾੜਾ ਜਿਹਾ ਇੱਕ ਮਿੰਟ ਸਾਹਿਬ ਦੇਖੋ ਜੀ। ਕੇਵਲ ਸਿੰਘ ਜੀ ਕੰਟੀਨਿਊ ਜੀ, ਹਾਂਜੀ ਕੀ ਵਿਚਾਰਾਂ ਨੇ ਜੀ? ਕਿੱਦਾਂ ਰਿਹਾ ਆਪਣਾ ਆਜ਼ਾਦੀ ਦਾ ਦਿਨ? ਆਜ਼ਾਦੀ ਦਾ ਦਿਨ ਵਧੀਆ ਰਿਹਾ ਜੀ। ਅੱਜ ਉਹ ਪ੍ਰੋਟੈਸਟ ਸੀ, ਕਾਫੀ ਬੰਦੇ ਬਹੁਤ ਇਕੱਠੇ ਹੋ ਗਏ ਸੀ ਉੱਥੇ ਜੀ, ਜਿਹੜਾ ਆਹ ਕਾਨੂੰਨ ਸਟੋਰਾਂ ਦਾ ਬਣਿਆ। ਇਹ ਜਗਤਾਰ ਜੀ ਕਾਹਤੇ ਬਣਾਇਆ, ਰਿਪਬਲਿਕ ਬਣਾਇਆ ਕਿ ਡੈਮੋਕਰੇਟ ਨੇ? ਇਹ ਮੇਰੇ ਖਿਆਲ ਰਿਪਬਲਿਕ ਨੇ ਬਣਾਇਆ, ਡੈਮੋਕਰੇਟ ਦੇ ਖਿਲਾਫ ਹੈ। ਅੱਛਾ, ਡੈਮੋਕਰੇਟ ਉਹ ਬਣਾ ਸਕਦੇ ਇੱਦਾਂ ਸਟੇਟ ਦੇ ਵਿੱਚ? ਨਹੀਂ, ਸਟੇਟ ਦੇ ਵਿੱਚ ਬਣਾਇਆ ਜੀ। ਉਹਦਾ ਤਰਕ ਇਹ ਸੀਗਾ ਜਿਹੜਾ ਜਿਹਨੇ ਬਣਾਇਆ ਉੱਥੇ, ਉਹ ਹੀ ਆਇਆ ਸੀਗਾ ਕਿ ਅਗਰ ਕੋਈ ਤੁਹਾਨੂੰ ਲੁੱਟਣ ਆਉਂਦਾ ਤੁਸੀਂ ਉਹਦਾ ਅੱਗੇ ਉਹ ਵਿਰੋਧ ਕਰਦੇ ਹੋ, ਤੁਹਾਨੂੰ ਗੋਲੀ ਮਾਰ ਸਕਦਾ। ਉਹ ਕਹਿੰਦਾ ਵੀ ਨਹੀਂ, ਤੁਸੀਂ ਛੇੜ ਨਹੀਂ ਸਕਦੇ ਉਹਨੂੰ। ਉਹੀ ਗੱਲ ਹੈ, ਮੈਂ ਸੋਚਦਾ ਸੀ ਇੱਥੇ ਡਿਬੇਟ ਚੱਲਦੀ ਸੀ, ਇਸ ਜਿਹੜਾ ਕਾਨੂੰਨ ਬਣਾਇਆ, ਬਿੱਲ ਬਣਾਇਆ, ਇਹਦੇ ਵਿੱਚ ਹੁਣ ਬਾਹਰਲੀਆਂ ਸਟੇਟਾਂ ਤੋਂ ਆ ਕੇ ਲੁੱਟ ਕੇ ਜਾਂਦੇ ਆ, ਜਹਾਜ਼ਾਂ 'ਚ ਆਉਂਦੇ ਆ। ਬਿਲਕੁਲ ਜੀ ਬਿਲਕੁਲ, ਗੱਡੀਆਂ 'ਚ ਆਉਂਦੇ ਨੇ, ਜਹਾਜ਼ਾਂ 'ਚ ਆਉਂਦੇ ਨੇ, ਪੰਜ ਚਾਰ ਸਟੋਰ ਲੁੱਟਦੇ ਨੇ ਇੱਕ ਹਫ਼ਤੇ ਦੇ ਵਿੱਚ, ਐਲੇ ਇੱਕ ਹਫ਼ਤੇ ਦੇ ਵਿੱਚ ਤਿੰਨ ਚਾਰ ਵਾਰੀ ਲੁੱਟ ਲਿਆ ਸਟੋਰ। ਇਹਦੇ ਵਿੱਚ ਹੋਰ ਵੀ ਜਗਤਾਰ ਜੀ ਗੱਲ, ਜਿਹੜਾ ਹੁਣ ਕਸਟਮਰ ਗਿਆ ਕਿਸੇ ਸਟੋਰ 'ਤੇ, ਉੱਥੇ ਆ ਵੜਦਾ ਤਾਂ ਉਹ ਉਹਨੂੰ ਛੱਡ ਦੂਗੇ ਕਿਤੇ? ਹਾਂ, ਨਾ ਨਿਆਣੇ ਪਤਾ ਨਹੀਂ ਕਿਉਂ ਇਹ ਬਣਾਇਆ ਉੱਥੇ। ਤਾਂ ਲੋਕਾਂ ਨੇ ਇਹ ਉੱਥੋਂ ਤੱਕ ਭਾਸ਼ਣ ਦਿੱਤਾ ਜੀ, ਤੁਸੀਂ ਵੱਡੀਆਂ ਕੰਪਨੀਆਂ ਨਾਲ ਰਲੇ ਹੋ, ਵੱਡੀਆਂ ਕੰਪਨੀਆਂ ਚਾਹੁੰਦੀਆਂ ਨੇ ਕਿ ਜਿਹੜਾ ਛੋਟਾ ਰਿਟੇਲਰ ਆ ਉਹ ਖਤਮ ਹੋਵੇ, ਉਹ ਬੜੀਆਂ ਕੰਪਨੀਆਂ ਜਿਹੜੀਆਂ ਖਤਮ ਕਰਨਾ ਚਾਹੁੰਦੀਆਂ ਛੋਟਿਆਂ ਨੂੰ। ਬਿਲਕੁਲ ਹੋ ਸਕਦਾ ਜੀ। ਇੱਕ ਹੋਰ ਮੈਂ ਰਹਿੰਦਾ ਹੁਣ, ਜਿਹੜਾ ਆਪਣਾ ਆਜ਼ਾਦੀ ਦਾ ਦਿਨ ਆ, ਇਹਦੇ ਵਿੱਚ ਕਈ ਸੰਸਥਾ ਨੇ, ਕਈਆਂ ਜਥੇਬੰਦੀਆਂ ਨੇ ਐਲਾਨ ਕੀਤਾ ਕਾਲਾ ਦਿਨ ਮਨਾਉਣਾ, ਰਾਈਟ? ਲੁਧਿਆਣੇ ਮਨਾਇਆ ਵੀ ਆ ਕਾਲੀਆਂ ਝੰਡੀਆਂ ਨਾਲ, ਉਹ ਠੀਕ ਆ। ਜਿਹੜਾ ਆਜ਼ਾਦੀ ਦਵਾਈ ਆ, ਜਾਨੀ ਤੁਹਾਨੂੰ ਉਹਨੇ ਕੁਰਬਾਨੀਆਂ ਦਿੱਤੀਆਂ, ਸਾਰਾ ਕੁਛ ਦਿੱਤਾ, ਤੁਹਾਨੂੰ ਆਜ਼ਾਦ ਕਰਵਾਇਆ, ਤੇ ਉਹਨਾਂ ਦੇ ਕਾਲਾ ਦਿਨ ਕਾਹਤੇ ਮਨਾਉਣੇ? ਤੁਸੀਂ ਗੌਰਮੈਂਟ ਦੇ ਖਿਲਾਫ ਚੱਲੋ, ਗੌਰਮੈਂਟ ਦੇ ਖਿਲਾਫ ਚੱਲੋ, ਹੈ? ਤੇ ਉਹ ਦੱਸੋ ਕਿੰਨਾ ਸ਼ੀ ਹੁਣ ਇੰਡੀਆ ਡੇ ਪਰੇਡ ਹੋਣੀ ਆ, ਫ੍ਰੀ ਮੋਟ ਬਹੁਤ ਵੱਡੀ ਹੁੰਦੀ ਆ, ਲੱਖ ਬੰਦਾ ਕਹਿੰਦੇ ਹੁੰਦਾ 19-20 ਅਗਸਤ ਨੂੰ ਹੈਗੀ ਆ, ਉਹਦਾ ਵੀ ਵਿਰੋਧ ਉੱਥੇ ਹੁੰਦਾ ਜਿਵੇਂ ਹੁੰਦੇ ਕਰਦੇ ਨੇ ਆਪਣੇ ਬਹੁਤ ਸਾਰੇ ਹੈਗੇ ਆ ਵਿੱਚ, ਸਾਰੇ ਏਜੰਟ ਫਿਰਦੇ ਆ ਇਹਨਾਂ ਦੇ ਗੌਰਮੈਂਟਾਂ ਦੇ ਸ਼ਰਟ। ਚਲੋ ਠੀਕ ਹੈ ਜੀ, ਮਿਹਰਬਾਨੀ, ਬਹੁਤ ਮਿਹਰਬਾਨੀ ਜੀ। ਜੀ ਸਰਦਾਰ ਸੁਰਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਬਹੁਤ ਕਿਰਪਾ ਜੀ, ਕਿਰਪਾ। ਹਾਂਜੀ, ਚੰਗਾ ਹੋ ਗਿਆ ਵੇ? ਹਾਂਜੀ, ਵਾਹਵਾ ਘੱਟ ਸੀ, ਦੂਸਰੀਆਂ ਕਮਿਊਨਿਟੀ ਲੋਕ ਘੱਟ ਸੀ, ਜਾਂ ਤਾਂ ਉਹਨਾਂ ਨੂੰ ਅਵੇਅਰ ਕਰਨਾ ਪਏਗਾ ਅਤੇ ਜਾਂ ਪਤਾ ਨਹੀਂ ਹੋਏਗਾ ਹਜੇ, ਜਾਂ ਮੇਰੇ ਖਿਆਲ ਉਹ ਅਗਰ ਨਾਲ ਜੁੜਨ ਤਾਂ ਗੱਲ ਬਣਨੀ, ਪੰਜਾਬੀ ਤਾਂ ਆਪਾਂ ਕਰ ਹੀ ਦਿੰਦੇ ਹਾਂ ਜਿੱਥੇ ਕਰਨਾ ਜੀ। ਬੜਾ ਖਤਰਨਾਕ ਆ, ਬੰਦ ਹੋਈ ਵੇ ਚੰਗਾ ਹੀ ਹੈ ਜੀ। ਹੋਰ ਜੀ, 950 ਤੱਕ ਕਹਿੰਦੇ ਜੀ ਤੁਸੀਂ ਕੁਛ ਨਹੀਂ ਕਰ ਸਕਦੇ, ਪੁਲਿਸ ਰਿਪੋਰਟ ਵੀ ਨਹੀਂ ਲਿਖਾ ਸਕਦੇ 950। ਹੁਣ ਜੇ ਉਹ 950 ਦੇ ਉਹ ਅਗਲਾ ਮਾਰਜਨ ਪਹਿਲਾਂ ਰੱਖ ਕੇ ਚੱਲੂਗਾ ਨਾ ਜੀ, ਮੇਰਾ ਇੰਨਾ ਜੇ ਲੁੱਟ ਹੋ ਗਈ, ਮਹੀਨੇ 'ਚ 4 ਲੁੱਟ ਹੋ ਗਈਆਂ, ਤਾਂ ਉਹਦਾ ਮਾਰਜਨ ਪਹਿਲਾਂ ਵਿੱਚ ਰੱਖ ਕੇ ਚੱਲਣਾ, ਉਦੋਂ ਚੀਜ਼ ਮਹਿੰਗਾਈ ਬਹੁਤ ਵੱਧ ਜਾਣੀ। ਉਹ ਫਿਰ ਕਿਹੜੀ ਕੋਈ ਗਰੰਟੀ ਆ, ਇੱਕ ਨਹੀਂ ਲੁੱਟਣਾ, ਇੱਕ ਲੁੱਟ ਕੇ ਲੈ ਜਾਓ, ਦੂਆ ਦੁਕਾਲਾ ਨੂੰ ਆਜੂਗਾ। ਹਾਂ, ਦੂਆ ਦੁਕਾਲਾ ਨੂੰ ਆਜੂ, ਜਾਂ ਉਹ ਹੀ ਦੂਜੇ ਸਟੋਰ ਤੇ ਚੱਲ ਜਾਊ, ਉਹ ਹੀ ਨਾਲ ਦੇ ਸਟੋਰ ਤੇ ਚੱਲ ਜਾਊ। ਹਾਂ, ਉਹ ਹੀ ਨਾਲ ਦੇ, ਬਿਲਕੁਲ ਬਿਲਕੁਲ। ਤੇ ਅਗਲੇ ਦਿਨ ਹੋਰ ਤੇ ਚੱਲ ਜਾਊ, ਸਟੋਰ ਕਿਹੜਾ ਥੋੜ੍ਹੇ ਆ, ਸਟੋਰ ਤਾਂ ਬਹੁਤ ਹੈ ਜੀ। ਚਲੋ ਦੇਖੋ ਕੀ ਹੁੰਦਾ, ਵੈਸੇ ਨਰਮ ਜਿਹਾ ਤਾਂ ਹੋ ਗਿਆ ਸੀ ਅੱਜ ਉੱਥੇ ਉਹ ਥੋੜ੍ਹਾ ਜਿਹਾ। ਅੱਛਾ, ਹਾਂ, ਜਿਹੜਾ ਜਿਹਨੇ ਬਣਾਇਆ ਆ ਹੁਣ, ਇਹ 10-member ਕਮੇਟੀ ਬਣਾਈ ਆ, ਉਹ ਜਾ ਕੇ ਮਿਲੂਗੀ ਟੇਬਲ ਤੇ ਬੈਠ ਕੇ ਗੱਲ, ਮਾੜਾ ਹੋਲਡ ਰੱਖੋ ਜੀ। ਸੁਰਿੰਦਰ ਸਿੰਘ ਜੀ, ਬੀਜੇਪੀ ਨੂੰ ਦਿੱਤਾ ਨਾ ਗੁਜਰਾਤ, ਤੁਸੀਂ ਅਕਾਲੀ ਦਲ ਨੂੰ ਪੰਜਾਬ ਦੇ ਦਿਓ, ਜੇ ਪੰਜਾਬ ਸੁਰੱਖਿਅਤ ਰੱਖਣਾ ਜਾਂ ਪੰਜਾਬ ਦਾ ਭਲਾ ਕਰਨਾ, ਕੋਈ ਸਿਰਫ ਇੱਕੋ ਇੱਕ ਪਾਰਟੀ ਹੈ ਪੰਜਾਬ ਦੀ, ਤੁਹਾਡੀ ਮਾਂ ਪਾਰਟੀ ਜਿਹੜੀ ਹੈ ਅਕਾਲੀ ਦਲ। ਉਹ ਅਗਲਾ ਭਲਾ ਕੀਤਾ ਭੁੱਲ ਗਿਆ ਲੋਕਾਂ ਨੂੰ, ਜੇ ਹੁਣ ਨਵਾਂ। ਚਲੋ ਜੀ, ਹਾਂਜੀ ਠੀਕ ਹੈ ਜੀ। ਇਹਦਾ ਤਾਂ ਹਾਲ ਉਹ ਹੋਇਆ ਪਿਆ ਸਕਦੀ ਸੁਣਦਾ ਵੀ ਹੁਣ ਅਸੀਂ ਬੰਦਲਾਇਆ ਫਿਰਦਾ, ਹੱਥ ਬੱਸ ਕੁਛ ਹੈ ਨੀ ਗਾ ਜੀ। ਇਹ ਤਾਂ ਕਹਿੰਦੇ ਪੱਥਰਾਂ ਦੇ ਸ਼ਹਿਰ 'ਚ ਰਹਿ ਕੇ ਬਸ ਪੱਥਰਾਂ ਜਿਹਾ ਹੋ ਗਿਆ ਇਹ ਤਾਂ, ਤੇ ਦਿਮਾਗ ਸੁੰਨ ਹੋ ਗਿਆ ਬਸ ਹੁਣ, ਉਹ ਹੁਣ ਕਿੱਥੇ ਮਿਲਣੀ ਚੌਧਰ ਚਾਹੁੰਦਾ, ਹੁਣ ਦੇਖੋ ਕੀ ਬਣਦਾ ਜੀ। ਔਖਾ ਪਹਿਲਾਂ, ਹਾਂਜੀ ਜੀ, ਚਲੋ ਮਿਹਰਬਾਨੀ ਜੀ, ਠੀਕ, ਧੰਨਵਾਦ, ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ ਜੀ। ਸਿੰਘ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜਗਜੀਤ ਸਾਹਿਬ ਜੀ। ਸਰ ਸਰਦਰਸ਼ਨ ਜੀ, ਸਤਿ ਸ਼੍ਰੀ ਅਕਾਲ ਜੀ। ਜਿੱਦਾਂ ਬਾਜਵਾ ਸਾਹਿਬ ਦੱਸ ਕੇ ਗਏ ਨੇ ਵੀ ਜਦੋਂ ਕੋਈ ਵੀ ਡਿਸਾਸਟਰ ਆਵੇ ਜਾਂ ਕੋਈ ਵੀ ਕੁਦਰਤੀ ਆਸਤਾ ਆਵੇ ਤਾਂ ਕ੍ਰਿਟੀਸਾਈਜ਼ ਨਹੀਂ ਕਰਨਾ ਚਾਹੀਦਾ ਬਿਲਕੁਲ ਵੀ ਸਰਕਾਰ ਨੂੰ। ਹਾਂਜੀ, ਕਿ ਕੋਈ ਵੀ ਸਰਕਾਰ ਨਹੀਂ ਚਾਹੁੰਦੀ ਕਿ ਮੈਂ ਆਪਣੇ ਲੋਕਾਂ ਦਾ ਕੋਈ ਨੁਕਸਾਨ ਹੋਣ ਦੇਵਾਂ।
हाँ बेशक वो पिछे वोटों का ही लालच हो वोटा टुट जाएगियाँ तो सूँ करना चाहिए। वैसे तो गल करिए तो वैसे भी हर बंदा इंसानियत के तौर पर करता। हाँ बिल्कुल बिल्कुल, और दूसरी पोलिटिकल पार्टियां भी करना चाहिए जी। जनरली जिनी बार भी मैं तकरीबन इतने जो किसी भी पोलिटिकल पार्टी के एम एल ए हो चाहे अकालिया के हो चाहे कांग्रेस के हो चाहे किसी होर पार्टी के हो, मैं उन्होंने एक सवाल जरूर पूछा हर बारी जी, बहुत स्ट्रोंगली। मैं कहा तुसी अपना अपना एजेंडा चलाओ, पार्टी का कोई हर्ज नहीं, पर जिसले पंजाब की पंजाबीयत की गल आ जाती है तो उसले तुसी एक आवाज से क्यों नहीं गल करते। बिल्कुल, जिसले पंजाबीयत या पंजाब के लोगों की गल आ तुसी अपने सारे मतभेद भुला के सारी पॉलिटिक्स भुला के सब कुछ भुला के तुहानू एक आवाज से गल करनी चाहिए है। देखो केंद्र सरकार किदां झुकदी तुहाडे कदमां दे विच। बिल्कुल, जो इकट्ठे हुंदे नहीं ना अगले कहिंदे जी क्रेडिट नहीं जाणा जी फलानी सरकार ने कराया सी आओ क्रेडिट दे वास्ते थोड़ी असीं लोकां दा देखणा कि क्रेडिट देखणी है लोकां दा, फिर कित्थे देखदे जी पहलां आपदे क्रेडिट देखदे ने। सरकार कादे वास्ते चुनी जांदी है? लोकां वास्ते। ठीक है जी, लोकां दे भले वास्ते। चलो थैंक यू जी, ਤੁਹਾਡਾ ਸਿੰਘ ਸਾਹਿਬ ਧੰਨਵਾਦ ਜੀ, ਧੰਨਵਾਦ। ਮਿਹਰਬਾਨੀ, ਬਾਕੀ ਗੱਲ ਚਲੋ ਫਿਰ ਕਰ ਲਾਂਗੇ, ਜਿਹੜੀ ਕਾਨੂੰਨ ਦੀ ਗੱਲ ਅਸੀਂ ਕਰਦੇ ਸੀ ਆ ਬਣਿਆ ਵਾ 553 ਉਹਦੀ ਫਿਰ ਕਿਤੇ ਗੱਲ ਖੁੱਲ ਕੇ ਫਿਰ ਸਿੰਘ ਸਾਹਿਬ ਦੇ ਵਿਚਾਰ ਲਵਾਂਗੇ। ਫਿਲਹਾਲ ਬ੍ਰੇਕ ਲੈਣੇ, ਦੇਖਦੇ ਰਹੋ ਜਸ ਪੰਜਾਬ ਜੀ। ਪ੍ਰੋਗਰਾਮ ਦਾ ਆਖਰੀ ਪੜਾਅ ਤੇ ਉਹਨੂੰ ਨਿਪਟਾਈਏ ਤੇ ਧੀਰ ਸਾਹਿਬ ਨੇ ਲਾਈਨ ਤੇ, ਮਨਜੀਤ ਸਿੰਘ ਜੀ ਨੇ, ਤੇ ਦੇਖਦੇ ਆ ਕਿੰਨਾ ਕਿੰਨਾ ਦਾ ਆਪਣਾ ਜਿੰਨਾ ਕੁ ਘਰ ਹੁੰਦਾ ਉਹ ਗੱਲ ਕਰਦੇ ਆ ਜੀ। ਸਰਦਾਰ ਗੁਰਮੇਲ ਸਿੰਘ ਜੀ ਧੀਰ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਦਰਸ਼ਕ ਨੇ ਕਾਫੀ ਟਾਈਮ ਦਿੰਦੇ ਹੋ ਤੇ ਮੇਰੀ ਗੱਲ ਵਿੱਚ ਹੀ ਰਹਿ ਜਾਂਦੀ। ਨਹੀਂ ਨਹੀਂ ਵਿੱਚ ਨਹੀਂ ਰਹਿੰਦੀ, ਆਪਾਂ ਪਹਿਲਾਂ ਕਰ ਲੈਣਾ ਕਾਲ ਤੁਹਾਨੂੰ, ਤੁਸੀਂ ਗੱਲ ਕਰੋ ਕੰਪਲੀਟ, ਕੋਈ ਨਹੀਂ ਵਿੱਚ ਨਹੀਂ ਰਹਿੰਦੀ, ਤੁਸੀਂ ਕਰੋ ਕੰਪਲੀਟ। ਅੱਛਾ, ਜਿਹੜੀ ਤੁਸੀਂ ਪ੍ਰੋਟੈਸਟ ਦੀ ਗੱਲ ਕੀਤੀ ਆ ਜੀ, ਇਹ ਚੰਗੀ ਗੱਲ ਆ, ਸਾਡਾ ਹੱਕ ਵੀ ਆ ਮੁਜ਼ਾਹਰਾ ਕਰਨਾ ਜੋ ਤੁਹਾਡੇ ਨਾਲ ਵਾਪਰ ਰਿਹਾ, ਮੈਂ ਸਾਰੀ ਗੱਲਬਾਤ ਸੁਣੀ ਆ ਜੀ। ਪਰ ਇੱਥੇ ਮੈਂ ਖੁਦ ਆਪ ਪ੍ਰੋਟੈਸਟ ਕਮੇਟੀਆਂ ਦੇ ਵਿੱਚ ਮੈਂਬਰ ਰਿਹਾ ਤੇ ਅਸੀਂ ਰੇਸਿਜ਼ਮ ਦੇ ਖਿਲਾਫ ਵੀ ਲੜੇ ਹਾਂ। ਉਹਨਾਂ ਚਿਰ ਨਹੀਂ ਅਸੀਂ ਮੁਜ਼ਾਹਰੇ ਕਰਨ ਤੋਂ ਹਟੇ ਜਿੰਨਾ ਚਿਰ ਅਸੀਂ ਕਾਨੂੰਨ ਨਹੀਂ ਬਣਵਾਏ ਜੀ। ਹਾਂਜੀ, ਇਹਨਾਂ ਮੇਰੇ ਵੀਰਾਂ ਭੈਣਾਂ ਨੂੰ ਇੱਕ ਗੁਜ਼ਾਰਿਸ਼ ਆ, ਤੁਸੀਂ ਇੱਕ ਪ੍ਰੋਟੈਸਟ ਕਰਕੇ ਨਾ ਬੈਠ ਜਾਓ, ਤੁਸੀਂ ਲਗਾਤਾਰ ਪ੍ਰੋਟੈਸਟ ਕਰਿਓ ਔਰ ਆਪਣੇ ਆਪਣੇ ਲੈਵਲ ਤੇ ਆਪੋ ਆਪਣੇ ਸ਼ਹਿਰਾਂ ਦੇ ਵਿੱਚ ਕੋਈ ਵੀ ਸਟੋਰ ਹੈ ਫਲਾਇਰ ਬਣਾ ਕੇ ਉੱਥੇ ਵੰਡੋ। ਹਾਂਜੀ, ਸਾਰੇ ਮੈਂ ਖੁਦ ਆਪ ਫਲਾਇਰ ਬਣਾ ਕੇ ਮੈਂ ਸਾਰੇ ਆਪਣੇ ਜਿੰਨੇ ਪ੍ਰੋਟੈਸਟ ਕਰਨ ਆਉਂਦੇ ਅਸੀਂ ਕਈ ਬੰਦਿਆਂ ਨੇ ਰਲ ਕੇ ਇਕੱਲੇ ਇਕੱਲੇ ਨੂੰ ਫਲਾਇਰ ਦੇ ਕੇ ਆਉਣੇ। ਇਹਦੇ ਵਿੱਚ ਥੋੜਾ ਟਾਈਮ ਤਾਂ ਤੁਹਾਡਾ ਲੱਗ ਜੂਗਾ, ਪਰ ਤੁਸੀਂ ਫਲਾਇਰ ਛਪਾਓ, ਆਪਣੇ ਈਮੇਲ ਕਰੋ, ਉਹਨਾਂ ਤੱਕ ਖਬਰ ਕਰੋ ਜਿਹੜੇ ਇਸ ਏਰੀਏ ਦੇ ਵਿੱਚ ਨੇ, ਸਾਰਿਆਂ ਨੂੰ, ਸਪੈਨਿਸ਼ ਆ ਚਾਹੇ ਕੋਈ ਗੋਰੇ ਕਾਲੇ ਆ ਚਾਹੇ ਆਪਣੇ ਆ ਚਾਹੇ ਚਾਈਨੀ ਨੇ, ਸਾਰਿਆਂ ਨੂੰ ਨਾਲ ਲੈ ਕੇ ਚੱਲੋ। ਫਿਰ ਤੁਹਾਡਾ ਪ੍ਰੋਟੈਸਟ ਕਾਮਯਾਬ ਹੋਊ। ਇੱਕ ਨਹੀਂ ਕਰਨਾ ਪੈਣਾ ਤੁਹਾਨੂੰ, ਕਈ ਪ੍ਰੋਟੈਸਟ ਕਰਨੇ ਪੈਣਗੇ। ਆਰਾਮ ਨਾਲ ਨਾ ਬੈਠਿਓ, ਅਸੀਂ ਤੁਹਾਡੇ ਬਰਾਬਰ ਖੜੇ ਹਾਂ। ਮੈਂ ਚਾਹੇ ਟੋਰਾਂਟੋ 'ਚ ਰਹਿੰਦਾ, ਮੈਂ ਤੁਹਾਡੇ ਬਰਾਬਰ ਹਾਂ। ਹਾਂਜੀ, ਅਸੀਂ ਮੈਂ ਇੱਥੇ ਟੋਰਾਂਟੋ ਦੀ ਟੈਕਸੀ ਐਡਵਾਈਜ਼ਰੀ ਕਮੇਟੀ 'ਚ ਚੇਅਰਮੈਨ ਰਿਹਾ 4 ਸਾਲ, ਉਹਦੇ 10,000 ਡਰਾਈਵਰ ਸੀ, ਉਹਨਾਂ ਨੂੰ ਰੀਪ੍ਰਜੈਂਟ ਕਰਦਾ ਸੀ। ਅਸੀਂ ਮੁਜ਼ਾਹਰੇ ਕੀਤੇ ਨੇ, ਖੁਦ ਆਪ ਕੀਤੇ ਆ, ਔਰ ਟੋਰਾਂਟੋ ਤੋਂ ਆਪਣੇ ਹੱਕ ਮੰਗਵਾਏ ਨੇ ਕੈਨੇਡੀਅਨ ਸਰਕਾਰ ਤੋਂ। ਪੱਗਾਂ ਦੇ ਵਿੱਚ ਜਦੋਂ ਪੱਗਾਂ ਦਾ ਮਸਲਾ ਚੱਲਦਾ ਸੀ ਕੈਨੇਡਾ ਦੇ ਵਿੱਚ, ਤੁਹਾਨੂੰ ਪਤਾ ਅਸੀਂ 6 ਸਾਲ ਮੁਕਦਮਾ ਲੜਿਆ ਸੀ, ਪੈਸੇ ਇਕੱਠੇ ਕੀਤੇ, 8 ਵਜੇ ਜਾ ਕੇ ਫਿਰ ਅਸੀਂ ਆਪਣੀ ਪੱਗ ਦਸਤਾਰ ਦਾ ਕੇਸ ਲੜਿਆ ਸੀ ਔਰ ਕਾਨੂੰਨ ਬਣਾਇਆ। ਬਾਕੀ ਰਹੀ ਇੰਡੀਆ ਦੀ ਗੱਲ, ਦੇਖੋ ਜਿਹੜੇ ਦੇਸ਼ ਭਗਤਾਂ ਨੇ ਸਾਡਿਆਂ ਨੇ ਫਾਂਸੀਆਂ ਦੇ ਤਖ਼ਤੇ ਚੁੰਮੇ, ਪਹਿਲੇ ਨੰਬਰ ਤੇ ਸਿੱਖ ਉਹ ਸਨ, ਹੋਰ ਦੂਜੇ ਧਰਮਾਂ ਦੇ ਵੀ ਸਿੱਖਾਂ ਨੇ 285 ਸ਼ਹੀਦ ਹੋਏ ਹਾਂਜੀ ਫਾਂਸੀਆਂ ਦੇ ਰਸਤੇ ਚੁੰਮੇ। ਲੇਕਿਨ ਉਹਨਾਂ ਦਾ ਜਿਹੜਾ ਸੁਪਨਾ ਸੀ ਉਹ ਭਾਰਤ ਨਹੀਂ ਬਣਿਆ, ਅੱਜ ਸਰਮਾਏਦਾਰਾਂ ਦੇ ਹੱਕ ਪੈ ਗਿਆ, ਹੱਥ 'ਚ ਆ ਗਿਆ। ਤੁਸੀਂ ਦੱਸੋ ਇਹ ਆਰ ਐਸ ਐਸ ਵਾਲਿਆਂ ਦਾ ਇੱਕ ਵੀ ਬੰਦਾ ਇੱਕ ਦਿਨ ਵੀ ਜੇਲ੍ਹ 'ਚ ਨਹੀਂ ਗਿਆ, ਤੇ ਅੱਜ ਹਕੂਮਤ ਇਹਨਾਂ ਦੀ ਆ, ਤੇ ਉਹ ਫਿਰ ਲੋਕ ਕਿਉਂ ਨੀ ਕਾਲਾ ਦਿਵਸ ਮਨਾਉਣਗੇ ਜਦੋਂ ਸਾਡੇ ਨਾਲ ਆਪ ਕੁਛ ਹੋ ਰਿਹਾ, ਸਾਡੀ ਕੌਮ ਨਾਲ, ਸਿੱਖ ਕੌਮ ਨਾਲ।
ਤੇ ਦੇਸ਼ ਦੇ ਦੂਜੇ ਲੋਕਾਂ ਨਾਲ ਦੇਖੋ ਮਨੀਪੁਰ ਚ ਕੀ ਹੋਇਆ, ਕਿਉਂ ਨੀ ਮਨਾਉਣਗੇ? ਹਾਂਜੀ, ਤੋ ਭਾਰਤ ਨੂੰ ਉਸ ਕਿਸਮ ਦਾ ਦੇਸ਼ ਨਹੀਂ ਬਣਿਆ ਜਿਸ ਤਰ੍ਹਾਂ ਦੇ ਸਾਡੇ ਸੂਰਬੀਰ ਜਿਹੜੇ ਮਹਾਨ ਸ਼ਹੀਦ ਸੀ ਉਹ ਚਾਹੁੰਦੇ ਸੀ, ਲੇਕਿਨ ਗਲਤ ਲੋਕਾਂ ਦੇ ਵਿੱਚ ਹੱਥ ਆ ਗਿਆ। ਜਿੱਦਾਂ ਆਪਾਂ ਜਾਣਦੇ ਹਾਂ ਸ਼ਹੀਦ ਆਲਮ ਸਰਦਾਰ ਭਗਤ ਸਿੰਘ ਨੇ ਕਿਹਾ ਸੀ ਕਿ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਗੋਰੇ ਚਲੇ ਜਾਣਗੇ, ਕਾਲੇ ਆ ਜਾਣਗੇ, ਫਰਕ ਕੋਈ ਨੀ ਪੈਣਾ। ਹਾਂਜੀ, ਸੋ ਇਸ ਦਾ ਫਰਕ ਕੋਈ ਨੀ ਪਿਆ। ਅੱਜ ਦੇਖੋ ਕੀ ਕੁਛ ਹੋ ਰਿਹਾ ਉੱਥੇ। ਹਾਂਜੀ, ਤੇ ਲੋਕਾਂ ਦੀ ਗਰੀਬੀ ਨੀ ਹਟੀ, ਅਨਪੜ੍ਹਤਾ ਨੀ ਹਟੀ। ਕੋਈ ਵੀ ਲੋਕਾਂ ਨੂੰ ਦੋ ਵਕਤ ਦੀ ਰੋਟੀ ਜਿਹੜੇ ਰੇਲਵੇ ਲਾਈਨਾਂ ਤੇ ਪੈਂਦੇ ਨੇ ਝੁੱਗੀਆਂ ਚ, ਉਹਨਾਂ ਨੂੰ ਕੀ ਪਤਾ ਆਜ਼ਾਦੀ ਕੀ ਚੀਜ਼ ਹੁੰਦੀ ਆ, ਉਹਨਾਂ ਵੱਲੋਂ ਆਜ਼ਾਦੀ ਆਈ ਚਾਹੇ ਨਾ ਆਈ। ਹਾਂਜੀ, ਬਿਲਕੁਲ ਜੀ, ਬਿਲਕੁਲ। ਓਕੇ ਜੀ, ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ। ਨਾਲ ਨਾਲ ਪ੍ਰੋਗਰਾਮ ਦਾ ਸਮਾਂ ਵੀ ਖਤਮ ਹੈ। ਮਨਜੀਤ ਸਿੰਘ ਜੀ, ਤੁਹਾਡੇ ਤੋਂ ਮਾਫ਼ੀ ਮੰਗਦੇ ਹਾਂ, ਅਤੇ ਉਮੀਦ ਕਰਦਾ ਪ੍ਰੋਗਰਾਮ ਤੁਹਾਨੂੰ ਠੀਕ ਲੱਗਿਆ ਹੋਊਗਾ। ਜ਼ਰੂਰ ਅਸੀਂ ਇਹ ਲੱਗਦਾ, ਸਾਨੂੰ ਤੁਹਾਨੂੰ ਵੀ ਲੱਗਦਾ ਹੋਏਗਾ ਕਿ ਇਹ ਜਿਹੜਾ ਕਾਨੂੰਨ ਹੈ, ਹਜੇ ਬਿੱਲ ਆਇਆ ਅਤੇ ਕਾਨੂੰਨ ਜਦੋਂ ਪਾਸ ਹੋ ਗਿਆ ਤਾਂ ਇਹ ਉਦੋਂ ਬਾਅਦ ਫਿਰ ਕਾਫ਼ੀ ਨੁਕਸਾਨ ਕਰ ਸਕਦਾ। ਇਸ ਤੋਂ ਪਹਿਲਾਂ 450 ਸੀ, $450 ਤੱਕ ਦੀ ਕੋਈ ਚੋਰੀ ਕਰਦਾ ਅਤੇ ਉਹਨੂੰ ਰਿਪੋਰਟ ਹੀ ਲਿਖੀ ਜਾਂਦੀ ਸੀ। ਇਹ ਹੁਣ 950 ਪਿੱਛੇ ਜੇ 47 ਨੰਬਰ ਬਿੱਲ ਜਿਵੇਂ ਉਹਨਾਂ ਦੱਸਿਆ ਪਾਸ ਕਰਕੇ ਅਤੇ ਉਹ 950 ਕਰਤਾ ਸੀ। ਹੁਣ ਉਹਨੂੰ ਆ ਕੇ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੀ ਸਰਬੱਤ ਦਾ ਭਲਾ।